ਵੈਲ ਰਚਿਆ ਜਾਂਦਾ ਜਿੱਥੇ ਹਰੇਕ ਐਪੀਸੋਡ 'ਚ ਇਤਿਹਾਸ ਅਤੇ ਦਿਖਦਾ ਹੈ, ਜਿੱਥੇ ਮਿਊਜ਼ਿਕ ਮਸਤੀ ਅਤੇ ਐਂਟਰਟੇਨਮੈਂਟ ਦਾ ਅੰਦਾਜ਼ ਖਾਸ, ਅਤੇ ਜਿੱਥੇ ਜਿਹਦਾ ਟੈਲੈਂਟ ਹੁੰਦਾ ਪਿਓਰ ਉਹੀ ਕਰਦਾ ਜੀ ਸ਼ਾਈਨ। ਇਹ ਹੈ ਸਾਡਾ ਵੌਇਸ ਆਫ ਪੰਜਾਬ ਸੀਜ਼ਨ 9। ਸ਼ੋਅ ਦੇ ਕੋ ਪ੍ਰੈਜੈਂਟਰ ਨੇ ਗੋਦਰੇਜ ਨੰਬਰ 1 ਦੇਵੇ ਨੰਬਰ 1 ਨਿਖਾਰ, ਕੋਲਗੇਟ ਸਟਰੋਂਗ ਟੀਥ ਬਣਾਵੇ ਦੰਦ ਅੰਦਰੋਂ ਸਟਰੋਂਗ, ਪਾਵਰਡ ਬਾਏ ਆਸ਼ਾ ਕਿਰਨ ਫਰਟੀਲਿਟੀ ਵਰਲਡ, ਹੁਣ ਮਾਂ ਬਣਨ ਦਾ ਸੁਪਨਾ ਹੋ ਸਕਦਾ ਹੈ ਪੂਰਾ। ਅਸੋਸੀਏਟ ਸਪਾਂਸਰਸ ਆਰ ਬ੍ਰੌਡਵੇ ਇਮੀਗ੍ਰੇਸ਼ਨ, ਕੈਪੀਟਲ ਹਾਸਪਿਟਲ ਜਲੰਧਰ ਐਂਡ ਮਹਾਕੋਸ਼ ਰਿਫਾਈਂਡ ਸੋਇਆਬੀਨ ਆਇਲ। ਤੇ ਮਿੱਤਰੋ, ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਵਿਨਰ ਹੋਏਗਾ ਵੌਇਸ ਆਫ ਪੰਜਾਬ ਸੀਜ਼ਨ 9 ਦਾ, ਉਹਨੂੰ ਮਿਲੇਗਾ ਜੀ PTC ਰਿਕਾਰਡਸ ਵੱਲੋਂ ਇੱਕ ਗਾਣਾ ਰਿਕਾਰਡ ਕਰਨ ਦਾ ਮੌਕਾ। ਤੇ ਨਾਲ ਦੀ ਨਾਲ ਚੰਨ ਚਾਨਣੀ ਲਾਈਟਾਂ ਨਾਲ ਸਜਿਆ ਹੋਇਆ ਘਰ, ਤੇ ਘਰ ਦੇ ਬਾਅਦ ਸ਼ਿੰਗਾਰੀ ਖੜੀ ਹੋਵੇ ਘੋੜੀ, ਤੇ ਉੱਤੋਂ DJ ਦਾ ਦੌਰ ਤੇ ਯਾਰ ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਸ਼ੋਰ, ਉਹ ਬਾਈ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਆਹੀ ਹੈ ਜੀ ਵਿਆਹਲਾ ਘਰ, ਤੇ ਇਹਦਾ ਵੱਖਰਾ ਹੀ ਹੁੰਦਾ ਮਾਹੌਲ। ਸੋ ਇਸ ਕਦਰ ਹੀ ਅੱਜ ਇੱਥੇ ਮਾਹੌਲ ਸੈਟਅਪ ਕੀਤਾ ਹੋਇਆ ਜੀ ਸਾਡੇ ਅੱਜ ਦੇ ਐਪੀਸੋਡ ਵਿੱਚ, ਤੇ ਇਹ ਮਾਹੌਲ ਬਣਾਉਣਗੇ ਜੀ ਹੋਰ ਵੀ ਖੂਬਸੂਰਤ ਸਾਡੇ 7 ਸੈਮੀਫਾਈਨਲਿਸਟ। ਵਾਹ ਜੀ ਵਾਹ ਵਾਹ ਜੀ ਵਾਹ, ਅੱਜ ਵਿਆਹ ਸ਼ਾਦੀ ਵਾਲੇ ਗੀਤ ਇਹਨਾਂ ਸਾਰੇ ਨੇ ਗਾਣੇ ਆ। ਸੋ ਮਾਹੌਲ ਬੰਨ ਕੇ ਰੱਖਿਓ, ਸਾਰਾ ਨਚਾ ਦੇਣ ਆਪਾਂ ਨੇ ਅੱਜ, ਹੈ ਨਾ। ਸੋ ਨਚਾਉਣ ਦੇ ਵਿੱਚ ਇਕੱਲੇ ਨਹੀਂ ਜੀ, ਸਾਡੀ ਹੈਲਪ ਕਰਨਗੇ ਐਜ਼ ਆਲਵੇਜ਼ ਸਾਡੇ ਮਿਊਜ਼ੀਸ਼ੀਅਨਸ। ਸਤਿ ਸ਼੍ਰੀ ਅਕਾਲ ਜੀ, ਵੈਲਕਮ। ਦੇਖੋ ਜੀ, ਇਹ ਤਾਂ ਮਾਹੌਲ ਬਣਾਉਣਗੇ, ਪਰ ਜਿਹੜੇ ਨੱਚਣ ਵਾਲੇ ਆ ਉਹਨਾਂ ਵੱਲ ਮਾੜੀ ਜੀ ਝਾਤੀ ਮਾਰੋ। ਅੱਜ ਟੌਰਾਂ ਸ਼ਾਰਾਂ ਵੱਖਰੀਆਂ ਨਜ਼ਰ ਆ ਰਹੀਆਂ ਸਾਡੇ ਪਿਆਰੇ ਜੱਜੇ। ਸਤਿ ਸ਼੍ਰੀ ਅਕਾਲ ਜੀ ਮਲਕੀਤ ਭਾਜੀ, ਅੱਜ ਲੱਗਦਾ ਕਿ ਉਹ ਦੌਰ 25-30 ਸਾਲ ਪਹਿਲਾਂ ਦਾ ਫਿਰ ਤੋਂ ਹੋਣਾ ਵਿਆਹ ਵਾਲਾ। PTC ਨੇ ਮਾਹੌਲ ਹੀ ਐਸਾ ਬਣਾਇਆ, ਦੇਖੋ ਸੈੱਟ ਕਿੰਨਾ ਵਧੀਆ ਲਾਇਆ, ਲੱਗਦਾ ਚੰਗਾ ਭਲਾ ਵਿਆਹ ਹੋ ਸਕਦਾ ਸੀ। ਸੋ ਬਹੁਤ ਹੀ ਵਧੀਆ ਅੱਜ ਮਾਹੌਲ ਹੈ, ਔਰ ਬੱਚਿਆਂ ਨੂੰ ਗੁੱਡ ਲੱਕ ਤੁਸੀਂ ਚੱਕ ਦੇਣੇ ਫੱਟੇ ਹੈ, ਵਿਆਹ ਦਾ ਮਾਹੌਲ ਆ, ਖੁਸ਼ੀ ਖੁਸ਼ੀ ਦੇ ਗੀਤ ਲੈ ਕੇ ਆਇਓ, ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਗੁੱਡ ਲੱਕ। ਬਿਲਕੁਲ ਜੀ ਬਿਲਕੁਲ ਮਲਕੀਤ ਭਾਈ, ਤੁਸੀਂ ਬੜੀ ਸਹੀ ਗੱਲ ਕੀਤੀ ਹੈ, ਅਤੇ ਕਮਲ ਵੀਰਾ ਮਤਲਬ ਟੌਹਰਾਂ ਉਹਨਾਂ ਦੀ ਘੱਟ ਨਹੀਂ ਹੈਗੀਆਂ, ਮੈਂ ਕਹਿੰਦਾ ਵਿਆਹ ਵਾਲੇ ਮਾਹੌਲ 'ਚ ਅੱਜ ਇਹਨਾਂ ਦਾ ਨੰਬਰ ਲਾ ਲੈਂਦੀ ਹੈ। ਸੋ ਜੀ ਪਹਿਲਾਂ ਤਾਂ ਇਹ ਜਿਹੜਾ ਰਾਊਂਡ ਹੈ ਵੈਡਿੰਗ ਵਾਲਾ, ਇਹ ਲਿਆਉਣ ਲਈ ਪਹਿਲਾਂ ਤੁਹਾਡਾ ਥੈਂਕ ਯੂ ਸਾਰਿਆਂ ਦਾ, ਕਿਉਂਕਿ ਨੱਚਣ ਨੂੰ ਸਾਰਿਆਂ ਦਾ ਦਿਲ ਕਰਦਾ ਬਿਲਕੁਲ, ਔਰ ਇੱਦਾਂ ਦੀਆਂ ਖੁਸ਼ੀਆਂ ਰੱਬ ਸਭ ਨੂੰ ਦੇਵੇ। ਔਰ ਮੈਂ ਉਮੀਦ ਕਰਦਾ ਕਿ ਅੱਜ ਸਾਰੇ ਜਾਣੇ ਬਹੁਤ ਸੋਹਣਾ ਗਾਉਣਗੇ, ਕਿਉਂਕਿ ਸਾਰੇ ਜਾਣੇ ਬਹੁਤ ਸੋਹਣਾ ਲੱਗਦੇ, ਇੱਕ ਵਾਰੀ ਤਾੜੀ ਆਪਣੇ ਲਈ ਵਜਾ ਦਿਓ। ਸਜਨ ਭਾਈ ਕਿਆ ਬਾਤ ਹੈ, ਟੌਹਰਾਂ ਹਮੇਸ਼ਾ ਹੀ ਵੱਖਰੀਆਂ, ਸਮਾਈਲ ਖਿੜੀ ਹੋਈ ਹੋਰ ਜ਼ਿਆਦਾ ਅੱਜ। ਥੈਂਕ ਯੂ ਗੁਰਜੀਤ, ਟੌਹਰ ਤਾਂ ਉਹ ਹੈ ਬਣਾਉਣ ਵਾਲਾ, ਬਸ ਕੋਸ਼ਿਸ਼ ਹੁੰਦੀ ਹੈ ਕਿ ਬੰਦਾ ਚੱਜ ਦੇ ਕੱਪੜੇ ਪਾ ਕੇ ਬਹਿ ਜਾਏ ਇੱਥੇ। ਐਂਡ ਬੈਸਟ ਆਫ ਲੱਕ ਤੁਹਾਨੂੰ ਸਾਰਿਆਂ ਨੂੰ, ਆਪਣੇ ਵੱਲੋਂ ਆਪਣਾ ਬੈਸਟ ਦੇਣਾ, ਤਾਂ ਕਿ ਜੋ ਲੋਕ ਤੁਹਾਨੂੰ ਘਰਾਂ 'ਚ ਦੇਖ ਰਹੇ ਆ, ਤੁਹਾਡੇ ਜੋ ਫੈਨਸ ਬਣ ਚੁੱਕੇ ਆ, ਉਹ ਤੁਹਾਡੇ ਤੋਂ ਨਿਰਾਸ਼ ਨਾ ਹੋਣ। ਆਲ ਦਾ ਬੈਸਟ। ਥੈਂਕ ਯੂ ਜੱਜਸ ਜੀ। ਮਲਕੀ ਜੀ, ਗੁਰਜੀਤ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਸੋਹਣਾ ਤੂੰ ਵੀ ਅੱਜ ਬਹੁਤ ਲੱਗਦਾ। ਮੈਂ ਵੇਟ ਹੀ ਕਰ ਰਿਹਾ ਸੀ, ਵਿਆਹਣ ਤੂੰ ਲੱਗਦਾ ਅੱਜ। ਤੇ ਮੇਰਾ ਜੀ ਕਰਦਾ ਬਾਈ ਫੋਟੋ ਵਾਲੇ ਖਿੱਚ ਖੁੱਚ ਲਓ ਫੋਟੋਆਂ, ਅੱਜ ਗੱਲ ਜੀ ਬਣੀ ਲੱਗਦੀ ਹੈ ਸਾਡੀ। ਤੇ ਗੱਲ ਜਿਹੜੀ ਸਾਡੀ ਕੰਟੈਸਟੈਂਟ ਦੀ ਬਣਾਉਂਦੇ ਨੇ ਜੀ, ਹੁਣ ਆਪਾਂ ਉਹਨਾਂ ਦਾ ਵੈਲਕਮ ਕਰਦੇ ਹਾਂ, ਵਨ ਐਂਡ ਓਨਲੀ ਸ਼੍ਰੀ ਸੁਰਿੰਦਰ ਬੱਚਨ ਜੀ, ਇੱਕ ਵਾਰ ਜ਼ੋਰਦਾਰ ਤਾੜੀਆਂ। ਮੈਂ ਵੀ ਤਿਆਰੀ ਚੱਲ ਜੀ ਵਿਆਹ ਦੀ। ਵੈਲ ਮੈਨੂੰ ਲੱਗ ਰਿਹਾ ਕਿ ਅੱਜ ਇਹ ਦੇਖਣਾ ਪੈਣਾ, ਪਰਚੀ ਕੱਢਣੀ ਪੈਣੀ ਹੈ ਵੀ ਅੱਜ ਯਾਦਾਂ ਜਿਹੜੀਆਂ ਮਲਕੀਤ ਭਾਈ ਨੇ ਗੱਲ ਕਰੀ ਸੀ ਵਿਆਹ ਵਿਆਹ ਵਾਲੀਆਂ, ਉਹਨਾਂ ਵਿੱਚ ਸਭ ਤੋਂ ਪਹਿਲਾ ਨੰਬਰ ਕਿਹਦਾ ਹੋਊਗਾ ਜੀ ਭਾਈ? ਤੁਹਾਡਾ ਹੋਊਗਾ? ਆਪਣੇ ਰੱਖਦਾ ਹਾਂ, ਅਸੀਂ ਸਾਰਿਆਂ ਨੂੰ ਫਲੈਸ਼ਬੈਕ ਜਿਹਨਾਂ ਵਿਆਹ ਹੋਏ ਹੋਏ ਹੈ, ਬੱਚੇ ਮੇਰੇ ਇੰਨੀ ਤਿਆਰੀ 'ਚ ਹੈ ਕਿ ਇਸ ਵਾਰ ਸਾਰਿਆਂ ਨੂੰ ਇੰਜੋਏ ਕਰਾਵਾਂਗੇ, ਸਾਰਿਆਂ ਨੂੰ ਭੰਗੜੇ ਪਵਾਵਾਂਗੇ, ਔਰ ਥੋੜ੍ਹਾ ਥੋੜ੍ਹਾ ਰਵਾਵਾਂਗੇ ਵੀ ਗਾਣਿਆਂ ਰਾਹੀਂ, ਅਤੇ ਕੋਸ਼ਿਸ਼ ਹੈ ਬੱਚਿਆਂ ਦੀ ਕਿ ਨਚਾ ਕੇ ਛੱਡਣਾ ਤੁਸੀਂ, ਸਾਡਾ ਆਸ਼ੀਰਵਾਦ ਹੈ ਔਰ ਫਤਿਹ ਕਰੀਏ। ਕਿਆ ਬਾਤ ਹੈ, ਜ਼ੋਰਦਾਰ ਤਾੜੀਆਂ ਹੋ ਜਾਣਗੀ ਸਰ ਲਈ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਹੁਣ ਇਸੇ ਖੂਬਸੂਰਤ ਮਾਹੌਲ ਦੇ ਵਿੱਚ ਮੈਂ ਇਨਵਾਈਟ ਕਰਨ ਜਾ ਰਿਹਾ ਜੀ ਉਹਨਾਂ ਨੂੰ ਜਿਨ੍ਹਾਂ ਦੇ ਲਈ ਧੜਕਦੇ ਨੇ ਹਜ਼ਾਰਾਂ ਹੀ ਦਿਲ। ਲੈਟਸ ਵੈਲਕਮ ਵਨ ਐਂਡ ਓਨਲੀ ਪ੍ਰਭ ਗਿੱਲ। ਵਾਹ ਸੱਜਣ ਜੀ, ਥੋੜੀਆਂ ਕਿਆ ਨੇ ਬਤਾ, ਥੋੜੇ ਦਿਲ ਨੇ ਥੋੜੀਆਂ ਹੀ ਨੇ ਰਤਾਂ। ਵਾਹ ਸੱਜਣ ਜੀ, ਥੋੜੀਆਂ ਕਿਆ ਨੇ ਬਤਾ, ਥੋੜੇ ਦਿਨ ਨੇ ਥੋੜੀਆਂ ਹੀ ਨੇ ਰਾਤਾਂ। ਸੋਚਿਆ ਸੀ ਮੈਂ ਕਦੇ ਚੰਨ ਨੂੰ ਇਹ ਵੇਖਣਾ, ਸੋਚਿਆ ਸੀ ਮੈਂ ਕਦੇ ਚੰਨ ਨੂੰ ਇਹ ਵੇਖਣਾ। ਭਾਲ ਮੁੱਕਿਆ ਕੇ ਮੁਖੜੇ ਹਸੀਨ ਤੇ ਤਾਰਿਆਂ ਦੇ, ਤਾਰਿਆਂ ਦੇ, ਤਾਰਿਆਂ ਦੇ ਦੇਸ ਰਹਿਣ ਵਾਲਿਓ। ਯਾਦ ਕਰਦਾ ਏ ਤੁਹਾਨੂੰ ਕੋਈ ਜ਼ਮੀਨ ਤੇ, ਓ ਹੋ ਤਾਰਿਆਂ ਦੇ ਦੇਸ ਰਹਿਣ ਵਾਲਿਓ।
ਯਾਦ ਕਰਦਾ ਏ ਰਹਿੰਦਾ ਜੋ ਜ਼ਮੀਨ ਤੇ ਵਾ ਸੱਜਣ ਜੀ ਥੋੜੀਆਂ ਕਿਆ ਨੇ ਬਾਤਾਂ ਥੋੜੇ ਦਿਨ ਨੇ ਥੋੜੀਆਂ ਹੀ ਨੇ ਰਾਤਾਂ ਥੋੜੇ ਦਿਨ ਨੇ ਥੋੜੀਆਂ ਹੀ ਨੇ ਰਾਤਾਂ ਥੈਂਕ ਯੂ ਕਿਆ ਬਾਤ ਹੈ ਕਿਆ ਬਾਤ ਹੈ ਜੱਜਿਸ ਮੈਂ ਇੱਕ ਗੱਲ ਪ੍ਰਭ ਬਾਈ ਬਾਰੇ ਕਹਿਣੀ ਚਾਹੂੰਗਾ ਕਿ ਜਿੰਨੀ ਇਹਨਾਂ ਦੇ ਗੀਤਾਂ ਵਿੱਚ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਸੁਣ ਕੇ ਉਨੇ ਹੀ ਇਹਨਾਂ ਦੀ ਪਰਸਨੈਲਿਟੀ ਵਿੱਚੋਂ ਵੀ ਆਉਂਦੀਆਂ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਥੈਂਕ ਯੂ ਸੋ ਮਚ ਮੇਰੇ ਵੱਲੋਂ ਵੋਇਸ ਆਫ ਪੰਜਾਬ ਸੀਜ਼ਨ 9 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਮਲ ਵੀਰਾ ਸਚਿਨ ਬਾਈ ਮਲਕੀਤ ਬਾਈ ਜੀ ਬਹੁਤ ਬਹੁਤ ਤੁਹਾਨੂੰ ਪਿਆਰ ਬਹੁਤ ਬਹੁਤ ਰਿਸਪੈਕਟ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਗੁੱਡ ਲੱਕ ਮੇਰੇ ਵੱਲੋਂ ਮੈਂ ਇੱਕ ਕਹਾਂ ਤੁਹਾਨੂੰ ਗੱਲ ਜੀ ਸਿਆਣੇ ਕਹਿੰਦੇ ਨੇ ਜਦੋਂ ਕਿਸੇ ਵੀ ਕੰਮ ਨੂੰ ਹੱਥ ਲਾਈਏ ਪਹਿਲੋਂ ਰੱਬ ਦਾ ਨਾਮ ਧਿਆ ਲਈਏ ਹੈਂਜੀ ਅਤੇ ਉਹ ਦੋ ਲਾਈਨਾਂ ਉਹ ਤੁਹਾਡੀਆਂ ਹੋ ਜਾਣ ਸ਼ੁਕਰ ਦਾ ਥੈਂਕ ਯੂ ਬਾਈ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਆਮ ਰਹਾਂ ਖਾਸ ਹੋਵਾਂ ਇਹ ਕਦੇ ਨਾ ਚਾਹਵਾਂ ਮੈਂ ਮੁੱਲ ਮਿਹਨਤ ਦਾ ਪੈ ਜਾਵੇ ਇਹ ਕਰਾਂ ਦੁਆਵਾਂ ਮੈਂ ਤੂੰ ਬਸ ਇੰਨਾ ਬਖਸ਼ ਦੇ ਬਸ ਇੰਨਾ ਬਖਸ਼ ਦੇ ਹੁਨਰ ਦਾ ਤਿਆ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾ ਤਿਆ ਇਹ ਜ਼ਿੰਦਗੀ ਰਹੀ ਹੈ ਗੁਜ਼ਰ ਦਾ ਤਿਆ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾ ਤਿਆ ਥੈਂਕ ਯੂ ਬਾਈ ਥੈਂਕ ਯੂ ਸੋ ਸੋ ਮਚ ਥੈਂਕ ਯੂ ਜ਼ੋਰਦਾਰ ਤਾੜੀਆਂ ਜੀ ਬਾਈ ਲਈ ਥੈਂਕ ਯੂ ਸੋ ਮਚ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾ ਤੇ ਆ ਜੀ ਮਾਹੌਲ ਬਹੁਤ ਹੀ ਸੋਹਣਾ ਬਣ ਚੁੱਕਿਆ ਪ੍ਰਭ ਗਿੱਲ ਬਾਈ ਦੇ ਆਉਣ ਦੇ ਨਾਲ ਅਤੇ ਹੁਣ ਮਾਹੌਲ ਨੂੰ ਅੱਗੇ ਵਧਾਉਂਦੇ ਹਾਂ ਆਪਣੇ ਮੁਕਾਬਲੇ ਨੂੰ ਸ਼ੁਰੂ ਕਰਦੇ ਹਾਂ ਅਤੇ ਪਹਿਲੇ ਕੰਟੈਸਟ ਨੂੰ ਬੁਲਾਉਣ ਤੋਂ ਪਹਿਲਾਂ ਕਿਉਂਕਿ ਵਿਆਹਲੇ ਗੀਤਾਂ ਦਾ ਮਾਹੌਲ ਹੈ ਜੀ ਤਾਂ ਮੈਂ ਗੱਲ ਕਰਨ ਜਾ ਰਿਹਾ ਵਿਆਹਲੇ ਦਿਨ ਦੀ ਵਿਆਹਲੇ ਦਿਨ ਦੇਖਣ ਵਾਲੇ ਹੁੰਦੇ ਨੇ ਜੀ ਲਾੜੇ ਦੇ ਹਾਣੀ ਜਿਹੜੇ ਬੈਂਡ ਬਾਜਿਆਂ ਅੱਗੇ ਬਣਾ ਕੇ ਨੱਚਦੇ ਨੇ ਢਾਣੀ ਇੱਕ ਬਣਾਉਂਦਾ ਰੁਮਾਲ ਦੀ ਬੀਨ ਅਤੇ ਬਾਕੀ ਬਣਦੇ ਨੇ ਸੱਪ ਇਹ ਨਜ਼ਾਰਾ ਦੇਖ ਕੇ ਭਰ ਜਾਂਦੇ ਨੇ ਕੰਧਾਂ ਕੋਠੇ ਅਤੇ ਗਲੀਆਂ ਅਤੇ ਹੁਣ ਆ ਰਹੀ ਸਾਡਾ ਗੌਰਵ ਗੀਤ ਲੈ ਕੇ ਤੇਰੇ ਸਿਹਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਲੱਖਾਂ ਦੁਆਵਾਂ ਕਰਕੇ ਮਾਪੇ ਮੰਗਦੇ ਰੱਬ ਤੋਂ ਏ ਵੇਲਾ ਹੋ ਆਪਣੇ ਹੋਵਣ ਕੋਲ ਤੇ ਸਜਦਾ ਸ਼ਗਨਾਂ ਦਾ ਏ ਵੇਲਾ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਤੇਰੇ ਸਿਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਤੇਰੇ ਸਿਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਕਲੀਆਂ ਤੇਰੇ ਸਿਰ ਨੂੰ ਸ
ਫੁੱਲ ਕਲੀਆਂ ਉਹ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਤੇਰੇ ਸਿਰੇ ਨੂੰ ਸਜਾਇਆ ਲਾਗ ਫੁੱਲ ਕਲੀਆਂ ਤੇਰੇ ਸਿਰੇ ਨੂੰ ਸਜਾਇਆ ਲਾਗ ਫੁੱਲ ਕਲੀਆਂ ਵੇ ਸਜਣਾ ਪਹਿਲੀ ਬਾਲ ਤੇ ਸਿਕਸਰ, ਵਾਹ ਵੀ ਗੌਰਵ। ਗੁਰਜੀਤ ਸਿੰਘ ਇਹ ਸਿਕਸਰ ਨਹੀਂ ਹੈ, ਬਾਲ ਜਿਹੜੀ ਹੈ ਨਾ ਸਟੇਡੀਅਮ ਤੋਂ ਬਾਹਰ ਹੈ। ਓਏ ਹੋਏ ਹੋਏ, ਕੀ ਬਾਤ ਰਾਈਟ। ਓ ਜਿਉਂਦਾ ਰਹਿ ਭਰਾਵਾ। ਇੱਕ ਤਾਂ ਗੀਤ ਦੀ ਸਿਲੈਕਸ਼ਨ ਬੜੀ ਤਕੜੀ ਸੀ, ਔਰ ਦੂਜੀ ਗੱਲ ਹੈ ਜਦੋਂ ਵਿਆਹ ਦੀ ਸ਼ੁਰੂਆਤ ਹੁੰਦੀ ਹੈ ਤੇ ਸਿਹਰੇ ਤੋਂ ਹੁੰਦੀ ਹੈ। ਮੇਰੇ ਵੱਲੋਂ ਸੀ ਇਹ ਸੁਪਰ ਡੂਪਰ ਹਿੱਟ ਪਰਫਾਰਮੈਂਸ। ਥੈਂਕ ਯੂ ਸਰ। ਲੜੀਆਂ ਚਮਕੜਾ ਚਮਕਾ ਮਾਰੇ, ਮੇਰੇ ਵੱਲੋਂ ਸੀ ਇਹ ਐਂਡ ਪਰਫਾਰਮ ਸਰ ਆਸ਼ਰੇ। ਕਮਾਲ ਹੋ ਗਈ, ਮਜ਼ਾ ਆ ਗਿਆ। ਥੈਂਕ ਯੂ ਸਰ, ਵੈਰੀ ਗੁੱਡ, ਕਮਾਲ ਹੋ ਗਈ। ਥੈਂਕ ਯੂ ਸੋ ਮਚ ਅਜੇ, ਥੈਂਕ ਯੂ। ਸਾਡਾ ਸ਼ੇਰ ਮੁੰਡਾ ਹੈ ਸ਼ੇਰ ਸਰ ਆਸ਼ਰਵਾਦ। ਨਾਲੇ ਸਾਡੇ ਭਰਾਵਾਂ ਲਈ ਬਹੁਤ ਜ਼ੋਰਦਾਰ ਤਾੜੀਆਂ। ਕਮਾਰੇ ਦੇਵੋਨੀ ਵਧਾਈ ਮੈਨੂੰ। ਇਸ ਖੂਬਸੂਰਤ ਮਾਹੌਲ ਨੂੰ ਹੁਣ ਆਪਾਂ ਅੱਗੇ ਵਧਾਵਾਂਗੇ, ਬਾਕੀ ਦੀਆਂ ਪਰਫਾਰਮੈਂਸਿਸ ਦੇਖਾਂਗੇ, ਪਰ ਮੇਰਾ ਕੋਰਸ ਵੀ ਤਿਆਰ ਆ। ਇਹ ਕਹਿੰਦੇ ਕਿ ਅਸੀਂ ਬ੍ਰੇਕ ਵੀ ਲੈਣੀ ਆ, ਤਾਂ ਰਲ ਕੇ ਅਸੀਂ ਬ੍ਰੇਕ ਲੈਣ ਲੱਗੇ ਹਾਂ। ਜ਼ਰੂਰ ਮਿਲਵਾਂਗੇ ਜਲਦੀ, ਬਹੁਤ ਜਲਦੀ ਮਿਲਦੇ ਹਾਂ ਜੀ। ਰੂਪਮ ਬਹੁਤ ਟੈਲੈਂਟਡ ਆਰਟਿਸਟ ਹੈ, ਔਰ ਮੈਨੂੰ ਬਹੁਤ ਫਖਰ ਹੈ ਕਿ ਇਹ ਸਾਡੇ ਸ਼ੋਅ ਦਾ ਹਿੱਸਾ ਹੈ। ਉਹ ਲੱਡੂ ਖੁਸ਼ੀਆਂ ਦੇ ਦਿਲ ਵਿੱਚ ਫੁੱਟਦੇ, ਪੈਰ ਪੱਲੋ ਮੱਲੀ ਨੱਚਣੇ ਨੂੰ ਉੱਠਦੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੇ ਇਹ ਹੈ ਮਿਊਜ਼ਿਕ ਤੇ ਮਸਤੀ ਦਾ ਸਾਈਨ, ਵੌਇਸ ਆਫ ਪੰਜਾਬ ਸੀਜ਼ਨ 9। ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਜੀ ਗੋਦਰੇਜ ਨੰਬਰ 1, ਦੇਵੇ ਨੰਬਰ 1 ਨਿਖਾਰ ਐਂਡ ਕੋਲਗੇਟ ਸਟਰੋਂਗ ਟੀਥ, ਬਣਾਵੇ ਦੰਦ ਅੰਦਰੋਂ ਸਟਰੋਂਗ। ਪਾਵਰਡ ਬਾਈ ਆਸ਼ਾ ਕਿਰਨ ਫਰਟੀਲਿਟੀ ਵਰਲਡ, ਹੁਣ ਮਾਂ ਬਣਨ ਦਾ ਸੁਪਨਾ ਹੋ ਸਕਦਾ ਹੈ ਪੂਰਾ। ਅਸੋਸੀਏਟ ਸਪੌਂਸਰਸ ਆਰ ਬ੍ਰੌਡਵੇ ਇਮੀਗ੍ਰੇਸ਼ਨ, ਕੈਪੀਟਲ ਹਸਪੀਟਲ ਜਲੰਧਰ ਐਂਡ ਮਹਾਕੋਸ਼ ਰਿਫਾਈਂਡ ਸੋਇਆਬੀਨ ਆਇਲ। ਤਾਂ ਮਿੱਤਰੋ, ਇਸ ਤੋਂ ਪਹਿਲਾਂ ਕਿ ਆਪਾਂ ਵਿਆਹ ਸ਼ਾਦੀ ਵਾਲੇ ਗੀਤਾਂ ਵਾਲੇ ਮਾਹੌਲ ਨੂੰ ਆਪਾਂ ਅੱਗੇ ਵਧਾਈਏ, ਵੇਲਾ ਹੋ ਗਿਆ ਜੀ ਇੱਕ ਹੋਰ ਮਹਿਮਾਨ ਨੂੰ ਸੱਦਾ ਦੇਣ ਦਾ ਜੀ। ਸੋ ਲੈਟਸ ਵੈਲਕਮ ਔਨ ਦਾ ਸਟੇਜ ਵੈਰੀ ਟੈਲੈਂਟਡ ਸਿੰਗਰ ਮੀਤ ਕੌਰ, ਜ਼ੋਰਦਾਰ ਤਾੜੀਆਂ ਜੀ ਉਹਨਾਂ ਲਈ।
ਸਤਿ ਸ਼੍ਰੀ ਅਕਾਲ ਨੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਬਹੁਤ ਸਵਾਗਤ ਹੈ ਵੋਇਸ ਆਫ ਪੰਜਾਬ ਦੇ ਸੈੱਟ ਦੇ ਉੱਤੇ ਜੀ। ਥੈਂਕ ਯੂ ਸੋ ਮਚ ਜੀ। ਸੋ ਅੱਜ ਵਿਆਹ ਸ਼ਾਦੀ ਵਾਲੇ ਗੀਤਾਂ ਦਾ ਇੱਥੇ ਮੁਕਾਬਲਾ ਚੱਲ ਰਿਹਾ ਜੀ ਬੱਚਿਆਂ ਵਿੱਚ, ਤੇ ਕੀ ਕਹਿਣਾ ਚਾਹੋਗੇ, ਕਿੱਦਾਂ ਬੂਸਟ ਅਪ ਕਰਨਾ ਚਾਹੋਗੇ? ਜੀ ਮੈਂ ਸਾਰੇ ਰਾਊਂਡਸ ਦੇਖਦੀ ਆ ਰਹੀ ਹਾਂ ਜਦੋਂ ਵੀ ਮੈਨੂੰ ਟਾਈਮ ਲੱਗਦਾ, ਅਤੇ ਸਾਰੇ ਬਹੁਤ ਵਧੀਆ ਗਾ ਰਹੇ ਨੇ ਔਰ ਅੱਜ ਵੈਡਿੰਗ ਰਾਊਂਡ ਆ, ਅਤੇ ਸਾਰਿਆਂ ਨੂੰ ਮੇਰੇ ਵੱਲੋਂ ਬੈਸਟ ਆਫ ਲੱਕ ਔਰ ਜੱਜਿਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਇੰਜੋਏ ਕਰੋਗੇ ਤੁਸੀਂ ਅੱਜ ਦੇ ਐਪੀਸੋਡ ਨੂੰ। ਜੀ ਜੀ ਮੈਂ ਰੀਅਲੀ ਇੰਜੋਏ ਕਰਨ ਆਈ ਹਾਂ ਅੱਜ। ਪਲੀਜ਼ ਟੇਕ ਯੂਅਰ ਸੀਟ, ਇੱਕ ਵਾਰ ਜ਼ੋਰਦਾਰ ਤਾੜੀਆਂ ਅਮੀਤ ਕੌਰ ਜੀ। ਦੋਸਤੋ ਵਿਆਹ ਸ਼ਾਦੀ ਵਾਲੇ ਮਾਹੌਲ ਨੂੰ ਆਪਾਂ ਹੁਣ ਅੱਗੇ ਵਧਾਉਂਦੇ ਹਾਂ ਅਗਲੀ ਕੰਟੈਸਟੈਂਟ ਨੂੰ ਇੱਥੇ ਸੱਦਾ ਦਿੰਦੇ ਹਾਂ। ਅਤੇ ਜੀ ਦੇਖੋ ਵਿਆਹ ਦੇ ਵਿੱਚ ਸਭ ਤੋਂ ਪਹਿਲਾਂ ਜੀ ਸੰਜੋਗ ਮਨਾਏ ਜਾਂਦੇ ਨੇ, ਫਿਰ ਰੋਕਾ ਹੁੰਦਾ, ਫਿਰ ਮੰਗਣੀ ਹੁੰਦੀ ਆ, ਆਖਿਰ ਵਿੱਚ ਜਾ ਕੇ ਸ਼ਗਨ ਪਾਏ ਜਾਂਦੇ ਨੇ, ਅਤੇ ਵਿਆਹ ਵਾਲੇ ਦਿਨ ਦੇਖਣ ਵਾਲੇ ਹੁੰਦੀ ਆ ਜੀ ਕੁੜੀ ਅਤੇ ਮੁੰਡੇ ਦੀ ਖੁਸ਼ੀ। ਵਿਆਹ ਵਾਲੇ ਦਿਨ ਕੁੜੀ ਅਤੇ ਮੁੰਡੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੁੰਦਾ ਜਦੋਂ ਪਾਈ ਜਾਂਦੀ ਆ ਵਰਮਾਲਾ। ਆ ਰਹੀ ਆ ਹੁਣ ਰੂਪਮ ਗੀਤ ਲੈ ਕੇ, ਆਇਆ ਲਾੜੀਏ ਨੀ ਤੇਰਾ ਸਿਹਰਿਆ ਵਾਲਾ। ਦੋਨੋਂ ਸਟੇਡੀਅਮ ਤੋਂ ਬਾਹਰ ਇਹ ਹੁਣ ਵੈਸੇ ਸਚਿਨ ਭਾਈ ਦੱਸਣਗੇ। ਸਚਿਨ ਭਾਈ ਬਿਲਕੁਲ ਜੀ ਕੋਈ ਸ਼ੱਕ ਨਹੀਂ, ਰੂਪਮ ਬਹੁਤ ਟੈਲੈਂਟਡ ਆਰਟਿਸਟ ਹੈ। ਥੈਂਕ ਯੂ ਸੋ ਮਚ। ਔਰ ਮੈਨੂੰ ਬਹੁਤ ਫਖਰ ਹੈ ਕਿ ਇਹ ਸਾਡੇ ਸ਼ੋਅ ਦਾ ਹਿੱਸਾ ਹੈ। ਬਹੁਤ ਬਹੁਤ ਸੁਰੀਲੀ ਬੱਚੀ ਹੈ ਵੀਰੇ। ਮੈਨੂੰ ਤਾਂ ਇੱਦਾਂ ਲੱਗਦਾ ਮੈਂ ਅੱਜ ਬਹੁਤ ਵਧੀਆ ਕੋਈ ਵਿਆਹ ਅਟੈਂਡ ਕਰ ਰਿਹਾ, ਕਿਉਂਕਿ ਮਾਹੌਲ ਸਾਰਾ ਉਹੀ ਬਣਿਆ ਹੋਇਆ, ਸਾਰਿਆਂ ਦੇ ਬੜੇ ਹੱਸਮੁਖਾ ਚਿਹਰੇ ਜਿਹੜੇ ਦੇਖਣ ਨੂੰ ਮਿਲ ਰਹੇ ਨੇ। ਬਹੁਤ ਸੋਹਣਾ ਤੁਸੀਂ ਗਾਇਆ, ਬੜਾ ਕੰਟਰੋਲਡ ਗਾਇਆ, ਗੁੱਡ ਲੱਕ। ਥੈਂਕ ਯੂ ਸਰ। ਥੈਂਕ ਯੂ ਸਰ। ਬਲਕੀ ਜੀ ਇਹ ਕੁੜੀ ਮਤਲਬ ਹਰ ਸਬਜੈਕਟ 'ਚ ਕਮਾਲ,
थैंक्स लॉट सर ਧੀਆਂ ਲਈ ਪਰਦੇਸ਼ ਦੇ ਬਾਬਲਾ ਪੁੱਤਾਂ ਲਈ ਜ਼ਗੀਰਾਂ ਦੁੱਖ ਸੁੱਖ ਸਹਿਣਾ ਤੇ ਕੁਝ ਨਹੀਂ ਕਹਿਣਾ ਇਹ ਧੀਆਂ ਦੀਆਂ ਤਕਦੀਰਾਂ ਮੈਨੂੰ ਤੁਹਾਡੇ ਸਾਰਿਆਂ 'ਤੇ ਮਾਣ ਆ ਕਿ ਤੁਸੀਂ ਬਹੁਤ ਸੁਰੀਲਾ ਅਤੇ ਸਮਝ ਕੇ ਗਾਉਂਦੇ ਹੋ ਦੈਟਸ ਇਟ ਸਿੰਗਿੰਗ ਐਕਚੁਲੀ ਹੈ ਹੀ ਇਹ ਥੈਂਕ ਯੂ ਸਰ ਥੈਂਕ ਯੂ ਸੋ ਮਚ ਜੀ ਅਮਨੀਤ ਕੌਰ ਜੀ ਬਹੁਤ ਵਧੀਆ ਲੱਗਾ ਅਤੇ ਪੂਰਾ ਇੰਜੋਏ ਕਰ ਰਹੇ ਸੀ ਅਸੀਂ ਜਿਵੇਂ ਕਿ ਵਿੱਚ ਮੇਰਾ ਵੀ ਨੱਚਣ ਨੂੰ ਜੀ ਕਰ ਰਿਹਾ ਸੀ ਮੈਂ ਵੀ ਨੱਚ ਲਿਆ ਥੋੜ੍ਹਾ ਬਹੁਤ ਬਹੁਤ ਸੋਹਣਾ ਲੱਗਾ ਥੈਂਕਸ ਬਹੁਤ ਵਧੀਆ ਗਾਇਆ ਥੈਂਕ ਯੂ ਰੂਪਮ ਤਾੜੀਆਂ ਜੀ ਕੁੜੀ ਲਈ ਬਈ ਵਿਆਹ ਸ਼ਾਦੀਆਂ ਵਾਲਾ ਜ਼ਬਰਦਸਤ ਇੱਥੇ ਮਾਹੌਲ ਬਣਿਆ ਹੋਇਆ ਅਤੇ ਮੇਰਾ ਬਾਰ ਬਾਰ ਨੱਚਣ ਨੂੰ ਜੀ ਕਰੀ ਜਾਂਦਾ ਕਿ ਗੱਲ ਬੈਂਡ ਬੰਦ ਕਰਤਾ ਪੈਲਸ ਪਹੁੰਚ ਗਏ ਦੇਖੀ ਸਾਲੀਆਂ ਨਾਕਾ ਲਾਇਆ ਦੇਖੀ 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 ਉਹ ਮੇਰੀ ਗੱਲ ਸੁਣ ਪਿਛਲੀ ਵਾਰੀ ਮਸੀ ਬਚਾਇਆ ਆਪਾਂ ਛਿੱਤਰ ਖਾਨ ਤੋਂ ਬਚਾਇਆ ਤੂੰ ਸਾਲੀਆਂ ਕਰਕੇ ਠੀਕ ਹੈ ਇਸ ਵਾਰੀ ਧਿਆਨ ਨਾ ਉਹ ਕਿਹੜੀਆਂ ਸਾਲੀਆਂ ਕਿਹੜਾ ਨਾਕਾ ਤੂੰ ਕੌਣ ਹੈ ਹਲੋ ਭਾਈ ਯਾਰ ਮੇਰੀ ਭਾਈ ਤੁਹਾਨੂੰ ਤਾਂ ਜਾਣਦਾ ਤੂੰ ਗੁਰਜੀਤ ਨਹੀਂ ਹਾਂ ਹਾਂ ਤੇ ਐਂਕਰ ਸ਼ੋਅ ਦੇ ਆਹੋ ਬੜੀ ਬੇਸ਼ਰਮੀ ਵਾਲੀ ਗੱਲ ਭਾਜੀ ਬਿਨਾ ਸੱਦੇ ਕਿਸੇ ਦੇ ਵਿਆਹ 'ਤੇ ਰੋਟੀ ਖਾਣਾਂਗੇ ਬਹੁਤ ਗਲਤ ਗੱਲ ਭਾਜੀ ਚਲੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੇ ਆਏ ਹੋ ਨਾ ਤੂੰ ਮੈਂ ਪਕੌੜੇ ਪੈਕ ਕਰਾਉਂਦਾ ਘਰ ਜਾ ਖਾ ਲਈਓ ਦੱਸਣਾ ਨਹੀਂ ਕਿਸੇ ਨੂੰ ਚੁੱਪ ਕਰਕੇ ਨਿਕਲ ਜਾਓ ਕਿਸੇ ਨੂੰ ਦਿਖੀ ਹੋਣਾ ਇੱਥੇ ਠੀਕ ਹੈ ਚਲੋ ਉਹ ਯਾਰ ਐਂ ਗੱਲ ਯਾਰ ਮੇਰੀ ਗੱਲ ਸੁਣ ਮੇਰਾ ਹਾਂ ਉਹ ਬੱਲੇ 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 ਮਲਕੀਤ ਭਾਜੀ ਆਹੋ ਆਹੋ ਨਾਲ ਕਮਲ ਭਾਜੀ ਬੈਠੇ ਹਾਂ ਸੋਚੀ ਨੂੰ ਭਾਜੀ ਪ੍ਰਭ ਕੇ ਓਏ ਹੋਏ ਹੋਏ ਇਹ ਵੀ ਬਿਨਾਂ ਸੱਦੇ ਆ ਗਏ ਯਾਰ ਉਹ ਅਸੀਂ ਤੇਰੇ ਵਿਆਹ ਤੇ ਗਾਉਣ ਆਏ ਆ ਯਾਰ ਗਾਉਣ ਭਾਜੀ ਆਏ ਰੋਟੀ ਪਾਣੀ ਖਾ ਕੇ ਜਾਣਾ ਠੀਕ ਹੈ ਇਹਨਾਂ ਕੋਲ ਸ਼ਗਨ ਫੜ ਲਈ ਠੀਕ ਓਏ ਤੂੰ ਵੱਡਿਆ ਸ਼ਗਨ ਵਾਲਿਆ ਮੇਰੀ ਗੱਲ ਸੁਣੋ ਇੱਧਰ 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 ਅਸੀਂ ਤੇਰੇ ਵਿਆਹ 'ਚ ਨਹੀਂ ਆਏ ਤੂੰ ਸਾਡੇ ਸੈੱਟ ਤੇ ਆਇਆ ਨਾਲੇ ਹਾਂ ਕਿੱਦਾਂ ਵਾ ਇਹ ਬੰਦਾ ਚੁਗਲੀ ਬੜਾ ਭਾਜੀ ਮਾਰਕੀਟ 'ਚ ਗਿਆ ਬੂਟਾਂ ਦੀ ਦੁਕਾਨ 'ਤੇ ਜਾ ਕੇ ਭਾਈ ਨੂੰ ਕਹਿੰਦਾ ਕਹਿੰਦਾ ਬਈ ਕਿੰਨੇ ਕੁ ਜੋੜੇ ਹੋਊਗੇ ਤੇਰੀ ਦੁਕਾਨ 'ਤੇ ਕਹਿੰਦਾ 500 ਹੈਗਾ ਕਹਿੰਦਾ ਬਾਹਰ ਕੱਢ ਬਾਂਦਰ ਕਿਲਾ ਖੇਲਦੇ ਆ ਉਹ ਯਾਰ ਸ਼ੋਅ ਕਰ ਲੈਣ ਦੇ ਸਾਨੂੰ ਹੈ ਤੂੰ ਕਿਉਂ ਉਹ ਯਾਰ ਹਾਂ ਹਾਂਜੀ ਕੀ ਜੀਜੇ ਲੜ ਪਏ ਉਹ ਯਾਰ ਇੱਕ ਤਾਂ ਵਿਆਹਾਂ 'ਚ ਨਾ ਜੀਜਿਆਂ ਦਾ ਕੰਮ ਹੀ ਲੜਨਾ ਹੁੰਦਾ ਅੱਛਾ ਮੇਰੀ ਗੱਲ ਸੁਣ ਰੋਟੀ ਪਾਣੀ ਖੋ ਕੇ ਸ਼ਗਨ ਫੜ ਲਈ ਮੈਂ ਆ ਜੀਜਿਆਂ ਨੂੰ ਮਨਾ ਕੇ ਉਹ ਆ ਯਾਰ ਇੱਕ ਮਿੰਟ ਰੁਕ ਜਾਓ ਉਹ ਨਹੀਂ ਨਹੀਂ ਐਦਾਂ ਕਿੱਦਾਂ ਦੋਨਾਂ ਨੂੰ ਨਾਲ ਲੱਗ ਜਾਵਾਂਗੇ ਆਪਾਂ ਇੱਕ ਮਿੰਟ ਬਾਅਦ ਸ਼ਗਨ ਫੜਨੀ ਕਿਤੇ ਤੈਨੂੰ ਫੜ ਕੇ ਨਾ ਕੁੱਟਦੀ ਇੱਥੇ ਪਤਾ ਨਹੀਂ ਯਾਰ ਵਿਆਹ ਵਾਲਾ ਮਾਹੌਲ ਆ ਮੰਨਿਆ ਪਰ ਐਵੇਂ ਹੀ ਥੋੜ੍ਹਾ ਕੋਈ ਵੀ ਚੱਕ ਕੇ ਮੂੰਹ ਆ ਜੂਗਾ ਇੱਥੋਂ ਦੀ ਸਿਹਰਾ ਬੰਨ ਕੇ ਬਈ ਵਿਆਹ ਸ਼ਾਦੀ ਵਾਲੇ ਮਾਹੌਲ ਨੂੰ ਆਪਾਂ ਅੱਗੇ ਵਧਾਉਂਦੇ ਆ ਤੇ ਅਗਲੇ ਕੰਟੈਸਟੈਂਟ ਨੂੰ ਸੱਦਾ ਦਿੰਦੇ ਆ ਤੇ ਖਾਸ ਤੌਰ ਤੇ ਜਿਹੜੇ ਕੁਆਰੇ ਮੁੰਡੇ ਆ ਉਹਨਾਂ ਲਈ ਇੱਕ ਸਲਾਹ ਹੈ ਜੀ ਕੁਆਰੇ ਮੁੰਡਿਆਂ ਦੀ ਇੱਕ ਸਲਾਹ ਹੈ ਕਿ ਫੋਟੋ ਦੇਖ ਕੇ ਵਿਆਹ ਕਰਾਉਣ ਵਾਲਿਓ ਕਦੇ ਕਰਿਓ ਨਾ ਇਦਾਂ ਦੀ ਭੁੱਲ ਉਹ ਮੇਕਅਪ ਕਰਾ ਕੇ ਤਾਂ ਹਰ ਕੋਈ ਕਟਰੀਨਾ ਬਣੀ ਫਿਰਦੀ ਹੈ ਐਵੇਂ ਛਲਾਵਿਆਂ 'ਚ ਜਾਇਓ ਨਾ ਡੁੱਲ ਤੇ ਮੀਂਹ ਦੇ ਮੌਸਮ ਵਿੱਚ ਖੁੱਲ੍ਹੇ ਅਸਮਾਨ ਥੱਲੇ ਵਿਆਹ ਤੋਂ ਪਹਿਲਾਂ ਉਹਨੂੰ ਜ਼ਰੂਰ ਮਿਲਣਾ ਕਈ ਰਾਜ ਜਾਣਗੇ ਖੁੱਲ੍ਹ ਤੇ ਫਿਰ ਦੇਖਣ ਨੂੰ ਮਿਲੂਗਾ ਉਹਨਾਂ ਦਾ ਅਸਲੀ ਰੂਪ ਹੁਣ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰ ਲੈ ਕੇ ਆ ਰਿਹਾ ਸਾਡਾ ਅਨੂਪ ਮੁੰਡਾ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰ
ਹੈਟ੍ਰਿਕ ਤੇ ਹੈਟ੍ਰਿਕ ਕੀ ਬਾਤ ਹੈ ਕੀ ਬਾਤ ਅਨੂਪ ਸਿੰਘ ਸੋ ਮਾਹੌਲ ਬਣ ਕੇ ਰੱਖਿਆ ਤੇ ਅੱਗੇ ਤੂੰ ਕਾਇਮ ਵੀ ਰੱਖਿਆ ਜਿਹੜਾ ਸਟੈਂਡਿੰਗ ਵੇਸ਼ਨ ਵਾਲਾ ਮਾਹੌਲ ਸੀ ਉੱਧਰ ਪ੍ਰਭਗਿਲ ਭਾਜੀ ਕੀ ਕਹਿਣਾ ਚਾਹੋਗੇ ਬਹੁਤ 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 ਕਮਾਲ ਮੈਂ ਨੋਟ ਦੇਖ ਮੈਂ ਇਹ ਰਿਹਾ ਸੀ ਕਿ ਜਦੋਂ ਤੁਸੀਂ ਗਾ ਰਹੇ ਹੁੰਦੇ ਹੋ ਤੁਹਾਨੂੰ ਅੱਗੋਂ ਐਪਰੀਸੀਏਸ਼ਨ ਮਿਲ ਰਹੀ ਹੁੰਦੀ ਆ ਕਿਤੇ ਨਾ ਕਿਤੇ ਸੁਰ ਹਿੱਲ ਜਾਂਦਾ ਤੁਸੀਂ ਸੁਰ ਨੂੰ ਪਕੜ ਕੇ ਬਹੁਤ ਵਧੀਆ ਕੌਨਫੀਡੈਂਸ ਨਾਲ ਅਤੇ ਖੁੱਲ੍ਹ ਕੇ ਗਾਇਆ ਕਮਾਲ ਵੈਰੀ ਗੁੱਡ ਥੈਂਕ ਯੂ ਸਰ ਵੈਰੀ ਗੁੱਡ ਸਚਿਨ ਭਾਜੀ ਅਨੂਪ ਕੋਈ ਸ਼ੱਕ ਨਹੀਂ ਖੜੇ ਹੋ ਗਏ ਸੀ ਬਸ ਉਹਨਾਂ ਹੀ ਬਹੁਤ ਹੈ ਮੇਰੇ ਵੱਲੋਂ ਸੀ ਇਹ ਸੁਪਰ ਡੂਪਰ ਹਿੱਟ ਪਰਫਾਰਮੈਂਸ ਅਨੂਪ ਵੀਰੇ ਬਹੁਤ ਸੋਹਣਾ ਗਾਇਆ ਤੁਸੀਂ ਇਹ ਮੰਚ ਤੁਹਾਨੂੰ ਬਹੁਤ ਕੁਛ ਸਿਖਾਉਂਦਾ ਅਤੇ ਆਪਣੇ ਸੰਗੀਤ ਦੀ ਆਪਣੇ ਗੁਰੂ ਜਨਾਂ ਦੀ ਇੱਦਾਂ ਰਿਸਪੈਕਟ ਕਰਦੇ ਰਹੋ ਗੋਡ ਬਲੈਸ ਯੂ ਜੀ ਸਰ ਥੈਂਕ ਯੂ ਮਲਕੀਤ ਜੀ ਇੰਨਾ ਵਧੀਆ ਔਰ ਇੰਨਾ ਸੋਹਣਾ ਗਾਇਆ ਔਰ ਦੂਸਰੀ ਗੱਲ ਇਹ ਕਿ ਜਿਹੜਾ ਹੁਣ ਤੁਸੀਂ ਅੱਜ ਆਪਾਂ ਵੈਡਿੰਗ ਦਾ ਇਹ ਵਿਆਹਾਂ ਦਾ ਪ੍ਰੋਗਰਾਮ ਰੱਖਿਆ ਅੱਜ ਹੈ ਨਾ ਇਹ 'ਤੇ ਬਹੁਤ ਕੌਨਸਨਟ੍ਰੇਟ ਕਰਿਆ ਕਰੋ ਕਿ ਪ੍ਰੋਗਰਾਮ ਸਾਰੇ ਜਿਹੜੇ ਉਹ ਵਿਆਹਾਂ ਦੇ ਹੀ ਆਉਣੇ ਤੁਹਾਨੂੰ ਸੋ ਬਹੁਤ ਵਧੀਆ ਗਾਇਆ ਮੁੰਡਿਆ ਮੈਂ ਗੀਤ ਭਾਅ ਜੀ ਕਿਆ ਬਾਤ ਆ ਜੀ ਮੀਤ ਕੌਰ ਜੀ ਅਤੇ ਸਾਨੂੰ ਲੱਗਦਾ ਕਿ ਵਿਆਹ ਦੇ ਵਿੱਚ ਨੱਚਣ ਦਾ ਜਿਹੜਾ ਚਾਅ ਸੀਗਾ ਤੁਸੀਂ ਇੱਥੇ ਪੂਰਾ ਕਰ ਰਹੇ ਹੋ ਹੈ ਨਾ ਬਿਲਕੁਲ ਮੈਂ ਤਾਂ ਰਿਹਾ ਨਹੀਂ ਗਿਆ ਪੂਰਾ ਵਿਆਹ ਵਾਲਾ ਮਾਹੌਲ ਬਣਾ ਲਿਆ ਸੀ ਅਨੂਪ ਨੇ ਔਰ ਜਿਵੇਂ ਜੱਜਿਸ ਨੇ ਦੱਸਿਆ ਬਹੁਤ ਵਧੀਆ ਗਿਆ ਬਹੁਤ ਮਜ਼ਾ ਆਇਆ ਜ਼ੋਰਦਾਰ ਤਾੜੀਆਂ ਜੀ ਅਨੂਪ ਲਈ ਥੈਂਕ ਯੂ ਸੋ ਤਿੰਨ ਪਰਫਾਰਮੈਂਸਿਸ ਤਿੰਨ ਸਟੈਂਡਿੰਗ ਵੇਸ਼ਨ ਹੈਟ੍ਰਿਕ ਤੇ ਹੈਟ੍ਰਿਕ ਹੈ ਜੀ ਮੈਂ ਕਿਹਾ ਬਾਕੀ ਦੇ ਜਿਹੜੇ ਚਾਰ ਬੱਚੇ ਨੇ ਉਹ ਕਿੱਦਾਂ ਦਾ ਗਾਉਣਗੇ ਆਪਾਂ ਦੇਖਾਂਗੇ ਪਰ ਬ੍ਰੇਕ ਰਾਗ ਮੇਰਾ ਕੋਰਸ ਤਿਆਰ ਹੈ ਜੀ ਹਾਂਜੀ ਚੱਕੋ ਫਿਰ ਆਪਣੀ ਆਪਣੀ ਬ੍ਰੇਕਾਂ ਮਿਲਦੇ ਹਾਂ ਜੀ ਕਹਿ ਲੱਗਿਆ ਜਿਵੇਂ ਵਿਆਹ ਹੀ ਤੇਰਾ ਹੁੰਦਾ ਤੂੰ ਹੀ ਚੱਲੀ ਹੁੰਦੀ ਹੈ ਬਾਬਲ ਆਪਣੇ ਨੂੰ ਕਹਿ ਰਹੀ ਹੁੰਦੀ ਹੈ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਦੇਖੋ ਬਾਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਹ ਹੈ ਮਿਊਜ਼ਿਕ ਤੇ ਮਸਤੀ ਦਾ ਸਾਈਨ ਵੌਇਸ ਆਫ ਪੰਜਾਬ ਸੀਜ਼ਨ 9 ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਜੀ ਗੋਦਰੇਜ ਨੰਬਰ 1 ਦੇਵੇ ਨੰਬਰ 1 ਨਿਖਾਰ ਐਂਡ ਕੋਲਗੇਟ ਸਟਰੋਂਗ ਟੀਥ ਬਣਾਵੇ ਦੰਦ ਅੰਦਰੋਂ ਸਟਰੋਂਗ ਪਾਵਰਡ ਬਾਏ ਆਸ਼ਾ ਕਿਰਨ ਫਰਟੀਲਿਟੀ ਵਰਲਡ ਹੁਣ ਮਾਂ ਬਣਨ ਦਾ ਸੁਪਨਾ ਹੋ ਸਕਦਾ ਹੈ ਪੂਰਾ ਅਸੋਸੀਏਟ ਸਪਾਂਸਰਸ ਆਰ ਬ੍ਰੌਡਵੇ ਇਮੀਗ੍ਰੇਸ਼ਨ ਕੈਪੀਟਲ ਹਸਪੀਟਲ ਜਲੰਧਰ ਐਂਡ ਮਹਾਕੋਸ਼ ਰਿਫਾਈਨਡ ਸੋਇਆਬੀਨ ਆਇਲ ਸ਼ਾਦੀ ਵਿਆਹ ਦੇ ਗੀਤਾਂ ਦੇ ਮਾਹੌਲ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਜੀ ਅਤੇ ਜੱਜਿਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਿਆਹ ਦੇ ਵਿੱਚ ਅਕਸਰ ਦੇਖਣ ਵਾਲੇ ਹੁੰਦੇ ਨੇ ਪਿੰਡ ਦੇ ਛੜੇ ਜਿਹੜੇ ਵਿਚਾਰੇ ਸਾਈਡ 'ਤੇ ਰਹਿੰਦੇ ਨੇ ਹਮੇਸ਼ਾ ਖੜ੍ਹੇ ਬਾਹਰੋਂ ਬਾਹਰਾਂ ਹੱਸਦੇ ਨੇ ਅਤੇ ਅੰਦਰੋਂ ਰੋਂਦੇ ਨੇ ਬੜੇ ਅਤੇ ਕਹਿੰਦੇ ਨੇ ਹਾਏ ਰੱਬਾ ਕੈਸੇ ਤੂੰ ਲਿਖੇ ਸਾਡੇ ਲੇਖ ਨਹੀਂ ਖੈਰ ਉਹਨਾਂ ਨੂੰ ਖੜ੍ਹੇ ਰਹਿਣ ਤੋਂ ਹੁਣ ਆ ਰਹੀ ਹੈ ਸੁਖਪ੍ਰੀਤ ਗੀਤ ਗਾਉਣ ਦੇ ਲਈ ਗਾਏ ਗਏ ਸੁਹਾਗ ਨਹੀਂ ਦਿਲ ਵੱਜ ਗਾਉਣ
ਵਾਹ ਜੀ ਵਾਹ ਵਾਹ ਜੀ ਵਾਹ ਚੌਥੀ ਪਰਫਾਰਮੈਂਸ ਅਤੇ ਮਲਕੀਤ ਭਾਅ ਜੀ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਨੇ ਮਲਕੀਤ ਭਾਅ ਜੀ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਵੈਰੀ ਵੈਰੀ ਗੁੱਡ ਜਿਹੜੀ ਸਟਾਰਟਿੰਗ ਕੀਤੀ ਸੀ ਬਹੁਤ ਵਧੀਆ ਹਰ ਠੁਮਕਾ ਜਿਹਾ ਵੀ ਮਾਰਿਆ ਮੈਨੂੰ ਤਾਂ ਐਂ ਲੱਗਿਆ ਜਿਵੇਂ ਵਿਆਹ ਹੀ ਤੇਰਾ ਹੁੰਦਾ ਤੂੰ ਹੀ ਚੱਲੀ ਹੁੰਦੀ ਹੈ ਬਾਬਲ ਆਪਣੇ ਨੂੰ ਕਹਿ ਰਹੀ ਹੁੰਦੀ ਆ ਹੈ ਮਾਂ ਬਾਪ ਨੂੰ ਔਰ ਬਹੁਤ ਬਹੁਤ ਫੀਲਿੰਗ ਨਾਲ ਗਾਇਆ ਵਧੀਆ ਗਾਇਆ ਗੁੱਡ 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 ਕਮਲ ਭਾਜੀ ਪ੍ਰੀਤ ਬਹੁਤ ਵਧੀਆ ਤੁਸੀਂ ਗਾਇਆ ਅਸੀਂ ਖੜ੍ਹੇ ਨਹੀਂ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਵਧੀਆ ਨਹੀਂ ਗਾਇਆ ਅੱਛਾ ਗਾਇਆ ਥੋੜ੍ਹੀ ਥੋੜ੍ਹੀਆਂ ਕਮੀਆਂ ਸੀਗੀਆਂ ਬਟ ਤੁਸੀਂ ਅੱਛੇ ਸਿੰਗਰ ਹੋ ਉਹਨਾਂ ਨੂੰ ਬਹੁਤ ਜਲਦੀ ਤੁਸੀਂ ਸਿੱਖ ਲਓਗੇ ਇੰਨਾ ਮੈਨੂੰ ਪਤਾ ਗੁੱਡ ਲੱਕ ਸਚਿਨ ਭਾਜੀ ਐਕਚੁਲੀ ਮੈਨੂੰ ਲੱਗਦਾ ਅੰਤਰੇ 'ਚ ਥੋੜ੍ਹਾ ਜਿਹਾ ਸਕੇਲ ਦਾ ਪ੍ਰੋਬਲਮ ਆ ਰਿਹਾ ਸੀ ਉੱਚਾ ਪੈ ਰਿਹਾ ਸੀ ਥੋੜ੍ਹਾ ਜਿਹਾ ਜ਼ਿਆਦਾ ਜ਼ੋਰ ਲੱਗ ਰਿਹਾ ਸੀ ਤਾਂ ਕਰਕੇ ਉਹ ਨਹੀਂ ਲੱਗਿਆ ਜ਼ੋਰ ਪ੍ਰੋਪਰਲੀ ਬਟ ਐਕਸਪ੍ਰੈਸ ਤੁਸੀਂ ਬਹੁਤ ਅੱਛਾ ਕੀਤਾ ਔਰ ਪਰਫੋਰਮ ਬਹੁਤ ਅੱਛਾ ਕੀਤਾ ਨਾਲ ਆਲ ਦ ਬੈਸਟ ਪ੍ਰਭ ਵੀਰੇ ਇਹਨਾਂ ਦੀ ਗੱਲ ਵੱਲ ਜ਼ਰੂਰ ਧਿਆਨ ਦਿਓ ਪਰ ਤੁਹਾਡੀ ਪਰਫੋਰਮੈਂਸ ਓਵਰਆਲ ਗਾਣੇ ਦੀ ਪੋਜ਼ਿਟਿਵਿਟੀ ਐਂਡ ਤੁਸੀਂ ਸਮਝ ਕੇ ਗਾ ਰਹੇ ਸੀ ਦੈਟਸ ਇਟ ਠੀਕ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਅਮੀਤ ਕੌਰ ਜੀ ਤੁਸੀਂ ਕਿੰਨਾ ਕੁ ਇੰਜੋਏ ਕੀਤਾ ਇਸ ਪਰਫੋਰਮੈਂਸ ਨੂੰ ਬਹੁਤ ਵਧੀਆ ਗਾਇਆ ਜੋ ਤੁਹਾਡਾ ਫੀਲ ਸੀ ਮੈਨੂੰ ਪੂਰਾ ਇੰਜੋਏ ਕੀਤਾ ਔਰ ਪਰਫੋਰਮੈਂਸ ਬਹੁਤ ਵਧੀਆ ਸੀ ਬਾਕੀ ਜਿਵੇਂ ਜੱਜਿਸ ਨੇ ਕਿਹਾ ਜੱਜ ਬੈਠੇ ਨੇ ਅਤੇ ਉਹ 'ਤੇ ਧਿਆਨ ਦਿਓ ਨੈਕਸਟ ਰਾਊਂਡਸ ਲਈ ਬੈਸਟ ਆਫ ਲੱਕ ਥੈਂਕ ਯੂ ਸੁਖਪ੍ਰੀਤ ਸੋ ਦੋਸਤੋ ਚਾਰ ਪਰਫੋਰਮੈਂਸਿਸ ਆਪਾਂ ਵੇਖ ਚੁੱਕੇ ਹਾਂ ਹੁਣ ਦੇਖਦੇ ਹਾਂ ਕਿ ਬਾਕੀ ਦੇ ਤਿੰਨ ਕੰਟੈਸਟੈਂਟਸ ਕਿੱਦਾਂ ਦਾ ਪਰਫੋਰਮ ਕਰਨਗੇ ਜੀਜਾ 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 ਆ ਗਿਆ ਜੀਜਾ 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 ਆ ਗੱਲ ਆਪਣੀ ਹੀ ਮਨਾਵੇ ਕਿਸੇ ਦੇ ਹੱਥ ਨਾ ਆਵੇ ਨਖਰੇ ਫੁੱਲ ਦਿਖਾਵੇ ਆ ਗਿਆ ਜੀਜਾ 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 ਓ ਕਿਹੜਾ ਜੀਜਾ ਬਈ ਕੌਣ ਆ ਤੂੰ ਮੈਂ ਉਹੀ ਜਿਹਦੀ ਸਾਡੀ ਸੀ ਜਿਹਨੀ ਟੋਰ ਜਿਹੜਾ ਚੰਗੇ ਭਲੇ ਟੱਬਰ ਦਾ ਬਣਾ ਦਿੰਦਾ ਕਲੈਰੀ ਮੋਰ ਜਿਹਨੂੰ ਘਰੇ ਪੁੱਛੇ ਨਾ ਕੋਈ ਪਾਣੀ ਤੇ ਸਹੁਰੇ ਖਵਾਉਂਦੇ ਨੇ ਪੀਜ਼ਾ ਉਹ ਆ ਗਿਆ ਮੁੰਡੇ ਦਾ ਜੀਜਾ ਹੱਟ ਕਬੱਡੀ ਕਬੱਡੀ ਦੇ ਲੱਗ ਗਿਆ ਉਹ ਲਿਆ ਵੀ ਚੱਲਿਆ ਕੰਬਲ ਕੱਢ ਉਹ ਆ ਮੁੰਡੀ ਕੰਬਲ ਦੇ ਤੇ ਚੱਲੀਏ ਘਰ ਨੂੰ ਕੰਬਲ ਮੈਂ ਡਬਲ ਬੈੱਡ ਵਾਲਾ ਲੈਣਾ ਮੈਂ ਤੁਹਾਨੂੰ ਦੱਸਤੀ ਪਹਿਲਾਂ ਗੱਲ ਜਿੱਦਾਂ ਦੀ ਤੇਰੀ ਸ਼ਕਲ ਆ ਨਾ ਤੁਹਾਨੂੰ ਕੋਈ ਚਾਦਰ ਨਾ ਦੇਵੇ ਲਾ ਵੀ ਕੁੜੀ ਵਾਲਿਆਂ ਨੇ ਕਮੇਡੀਅਨ ਵੀ ਸੱਦੇ ਆ ਵੈਰੀ ਗੁੱਡ ਤਾੜੀ ਮਾਰੋ ਖਿੱਚ ਕੇ ਕਮੇਡੀਅਨ ਸੱਦਿਆ ਬਾਈ ਮੁੰਡੇ ਨੂੰ ਜਾ ਕਹਿ ਦੇ ਜੀਜਾ ਰੁੱਸਿਆ ਬੈਠਾ ਛੋਟਾ ਜੀਜਾ ਜਾ ਕਹਿ ਦੇ ਜਾ ਕੇ ਕਾਹ ਤੋਂ ਰੁੱਸਿਆ ਹੋਇਆ ਔਰ ਰੁੱਸਣਾ ਨਹੀਂ ਹਾਂ ਭਾਜੀ ਵੱਡੇ ਜੀਜੇ ਨੂੰ ਗੱਡੀ ਦੇ ਮੋਹਰੇ ਬਿਠਾ ਕੇ ਲੈ ਗਿਆ ਮੈਨੂੰ ਬਸ 'ਚ ਚੜਾ ਦਿੱਤਾ ਉਹ ਵੀ ਬਜ਼ੁਰਗਾਂ ਦੇ ਵਿੱਚ ਮੈਨੂੰ ਪਤਾ ਮੈਂ ਕਿੱਦਾਂ ਆਇਆ ਭਾਜੀ ਮੇਰੀ ਮਾੜੀ ਜਿਹੀ ਅੱਖ ਲੱਗੀ ਨਾਲ ਦਾ ਬਜ਼ੁਰਗ ਕਹਿੰਦਾ ਉਹ ਪੁੱਤਰ ਮੈਂ ਕਿਹਾ ਹਾਂਜੀ ਕਹਿੰਦਾ ਜਦੋਂ ਪਹੁੰਚਾਂਗੇ ਉਠਾ ਦੇਈ ਮੈਂ ਕਿਹਾ ਠੀਕ ਆ ਪਾਪਾ ਜੀ ਉਠਾ ਦੂੰਗਾ ਮੇਰੀ ਫਿਰ ਅੱਖ ਲੱਗੀ ਫਿਰ ਹਲੇ ਪੁੱਤਰ ਮੈਂ ਕਿਹਾ ਹਾਂਜੀ ਜਦੋਂ ਪਹੁੰਚਾਂਗੇ ਉਠਾ ਦੇਈ ਉਹ ਮੈਂ ਕਿਹਾ ਪਾਪਾ ਜੀ ਪਹਿਲਾਂ ਸੋਗ ਦੇ ਸਹੀ ਮੇਰੀ ਫਿਰ ਮਾੜੀ ਅੱਖ ਲੱਗੀ ਆ ਫਿਰ ਉਹ ਪੁੱਤਰ ਜਦੋਂ ਪਹੁੰਚਾਂਗੇ ਉਠਾ ਦੇਈ ਭਾਜੀ ਇਸ ਚੱਕਰ 'ਚ ਮੇਰੀ ਨੀਂਦ ਖਰਾਬ ਹੋਈ ਆਪ ਘਰਾਣੇ ਮਾਰੀ ਚੱਲੇ ਮੈਨੂੰ ਵੜ ਚੜ ਗਿਆ ਮੈਂ ਕਿਹਾ ਪਾਪਾ ਜੀ ਕਹਿੰਦਾ ਪਹੁੰਚ ਗਏ ਮੈਂ ਕਿਹਾ ਨਹੀਂ ਨਹੀਂ ਜਦੋਂ ਪਹੁੰਚਾਂਗੇ ਉਠਾ ਦਊਂਗਾ ਹੁਣ ਜਾਵੋ ਆ ਫੋਨ ਕਿਹਦਾ ਆ ਗਿਆ ਇਹਨਾਂ ਨੇ ਦੁਖੀ ਕੀਤਾ ਮੈਨੂੰ ਹੈਲੋ ਹਾਂਜੀ ਕੀ ਵੱਡੇ ਚੀਜ਼ਾਂ ਨੇ ਮੁੰਦੀ ਪੈ ਜੂ ਇੱਦਾਂ ਕਿੱਦਾਂ ਪੈ ਜੂ ਉਹਨੂੰ ਦੰਦਲ ਨਾ ਪੈ ਜੂ ਉਹ ਮੇਰੀ ਗੱਲ ਸੁਣ ਲਓ ਮੈਨੂੰ ਪਾ ਦਿਓ ਕੜਾ ਨਹੀਂ ਤਾਂ ਤੁਹਾਡਾ ਮੁੰਡਾ ਰਹਿ ਜੂ ਸੜਾ ਆ ਰਿਹਾ ਮੈਂ ਇੱਦਾਂ ਕਿੱਦਾਂ ਨਹੀਂ ਪਾਣੀ ਦੀ ਆਮ ਜਰਾ ਆ ਜਾ ਕੜੇ ਦਾ ਮਸਲਾ ਪੈ ਗਿਆ ਆਪਣਾ ਵਾਹ ਜੀ ਵਾਹ ਦੋਸਤੋ ਵਿਆਹ ਸ਼ਾਦੀ ਦੇ ਗੀਤਾਂ ਵਾਲਾ ਬਹੁਤ ਹੀ ਸੋਹਣਾ ਇੱਥੇ ਮਾਹੌਲ ਬਣਿਆ ਹੋਇਆ ਜੀ ਅਤੇ ਹੁਣ ਅਗਲੇ ਕੰਟੈਸਟੈਂਟ ਨੂੰ ਬੁਲਾਉਣ ਤੋਂ ਪਹਿਲਾਂ ਮੈਂ ਦੱਸਾਂ ਕਿ ਵਿਆਹ ਦੇ ਵਿੱਚ ਸਭ ਤੋਂ ਮੁਸ਼ਕਿਲ ਕੜੀ ਉਦੋਂ ਹੁੰਦੀ ਹੈ ਜੀ ਜਦੋਂ ਪੈਂਦੀ ਹੈ ਜੁਦਾਈ ਆਪਣਿਆਂ ਦੇ ਨਾਲ ਅਤੇ ਕੁੜੀ ਨੂੰ ਛੱਡ ਕੇ ਜਾਣਾ ਪੈਂਦਾ ਉਹ ਘਰ ਜਿੱਥੇ ਬਿਤਾਏ ਹੁੰਦੇ ਨੇ ਉਹਨੇ ਕਈ ਸਾਲ ਬਿਆਨ ਕਰਨ ਆ ਰਿਹਾ ਜੀ ਵਿਦਾਈ ਮੌਕੇ ਧੀ ਦੇ ਦਿਲ ਦਾ ਹਾਲ ਆਪਣੇ ਗੀਤ ਬਾਬੁਲ ਮੇਰੀਆਂ ਗੁੱਡੀਆਂ ਲੈ ਕੇ ਸਾਡਾ ਜਤਿੰਦਰ ਮੱਲੇਵਾਲ ਜ਼ੋਰਦਾਰ ਤਾੜੀ ਨਾਲ ਫੜਾਈ
बाबुल मेरिया गुड़िया तेरे कर रह गया बाबुल मेरिया गुड़िया तेरे कर रह गया लिखिया नसीबा दिया चोली दे विच पै गया पर बाबुल मेरिया है बाबुल मेरिया ਮਲਕੀਤ ਭਾਜੀ ਠੀਕ ਹੋ ਇੱਕ ਵਾਰ ਤਾੜੀਆਂ ਮਾਰਦੇ ਜੀ ਮਲਕੀਤ ਭਾਜੀ ਦੀ ਪਲੀਜ਼ ਤੁਹਾਡੇ ਇਮੋਸ਼ਨਸ ਸਾਡੇ ਸਾਰਿਆਂ ਤੱਕ ਪਹੁੰਚਦੇ ਨੇ ਜੀ ਹਮੇਸ਼ਾ ਹੀ ਜਦੋਂ ਵੀ ਤੁਸੀਂ ਕੋਈ ਗੱਲ ਕਰਦੇ ਹੋ ਗਾਉਂਦੇ ਹੋ ਅਤੇ ਅੱਜ ਇਮੋਸ਼ਨਲ ਹੋਏ ਹੋ ਅਸੀਂ ਤੁਹਾਡੇ ਸਾਰੇ ਤੁਹਾਡੇ ਨਾਲ ਹੈ ਜੀ ਤੁਹਾਡੇ ਇਮੋਸ਼ਨਸ ਅਸੀਂ ਫੀਲ ਕਰ ਸਕਦੇ ਹਾਂ ਕਿਆ ਬਾਤ ਹੈ ਸਚਿਨ ਭਾਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜਦ ਤੱਕ ਭਾਜੀ ਥੋੜ੍ਹਾ ਹਾਲੇ ਬੈਕ ਟੂ ਨੋਰਮਲ ਹੁੰਦੇ ਨੇ ਮਲਕੀਤ ਜੀ ਬਾਰੇ ਤਾਂ ਮੈਂ ਕੀ ਕਹਿ ਸਕਦਾ ਮੇਰੀ ਇੰਨੀ ਔਕਾਤ ਹੀ ਨਹੀਂ ਹੈ ਕਿ ਮੈਂ ਉਹਨਾਂ ਬਾਰੇ ਕੁਛ ਬੋਲ ਸਕਾਂ ਕਿਉਂਕਿ ਉਹ ਲੈਜੈਂਡ ਨੇ ਉਹ ਲੈਜੈਂਡ ਨੇ ਐਕਚੁਅਲੀ ਲੈਜੈਂਡ ਹੈ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਮੇਰੀ ਕਮਲ ਦੀ ਪ੍ਰਭ ਦੀ ਕਿ ਅਸੀਂ ਉਹਨਾਂ ਦੇ ਨਾਲ ਇੱਥੇ ਬੈਠੇ ਹਾਂ ਅਸੀਂ ਇੰਨੇ ਜੋਗੇ ਨਹੀਂ ਲੇਕਿਨ ਚਲੋ
ਕਿ ਉਹਨਾਂ ਦਾ ਵੱਡਾਪਣ ਹੈ ਕਿ ਸਾਨੂੰ ਨਾਲ ਬਿਠਾਇਆ ਹੋਇਆ ਅਤੇ ਮੁੰਡਿਆ ਐਂਡੀ ਕਰਾ ਤਾ ਤੂੰ ਤੂੰ ਬਹੁਤ 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 ਸੁਰੀਲਾ ਵੀ ਹੈ ਅਤੇ ਤੂੰ ਸਮਝਦਾਰ ਵੀ ਹੈ ਸੋ ਪਰਮਾਤਮਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਮੇਰੇ ਵੱਲੋਂ ਸੀ ਇਹ ਸੁਪਰ ਡੁਪਰ ਹਿੱਟ ਪਰਫਾਰਮੈਂਸ ਥੈਂਕ ਯੂ ਸਰ ਜੀ ਤੇਰੇ ਜਿਹੜੇ ਚਿਹਰੇ 'ਤੇ ਸਮਾਈਲ ਹੈ ਨਾ ਬੜੀ ਪੋਜ਼ਿਟਿਵ ਬਹੁਤ ਪੋਜ਼ਿਟਿਵ ਵਾਈਬਸ ਦਿੰਦੀਆਂ ਨੇ ਸੋ ਗੋਡ ਬਲੈਸ ਯੂ ਬ੍ਰਦਰ ਜਿੰਨੇ ਵੀ ਅੱਜ ਤੱਕ ਗੀਤ ਗਾਏ ਨੇ ਬਹੁਤ ਸੁਰ 'ਚ ਔਰ ਬਹੁਤ ਵਧੀਆ ਇਹਨੇ ਗਾਏ ਨੇ ਔਰ ਅੱਜ ਤੱਕ ਕਮਾਲ ਹੀ ਕਰ ਰਹੇ ਹੁਣ ਸਾਨੂੰ ਲੱਗਦਾ ਯਾਰ ਮੈਨੂੰ ਲੱਗਦਾ ਕਿ ਮੇਰਾ ਇੰਗਲੈਂਡ ਤੋਂ ਆਉਣਾ ਸਫਲ ਹੋ ਗਿਆ ਥੈਂਕ ਯੂ ਸਰ ਜੀ ਠੀਕ ਹੈ ਜੀ ਪੀ ਟੀ ਸੀ ਨੂੰ ਵੀ ਮੈਂ ਇਸ ਗੱਲ ਦੀ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਐਸੇ ਬੱਚੇ ਤਿਆਰ ਕਰਵਾਤੇ ਆ ਕਿ ਇਹ ਜਾਂਦੇ ਹੀ ਆਪਣੀ ਰੋਟੀ ਰੋਜ਼ੀ ਲਈ ਤਿਆਰ ਨੇ ਔਰ ਜਦੋਂ ਇੱਦਾਂ ਦਾ ਗਾਉਣਗੇ ਤਾਂ ਹਰ ਥਾਂ ਛਾਉਣਗੇ ਹੁਣ ਆਪਾਂ ਮਾਹੌਲ ਨੂੰ ਥੋੜ੍ਹਾ ਜਿਹਾ ਕਰੀਏ ਚੇਂਜ ਵਿਆਹ ਦਾ ਪ੍ਰੋਗਰਾਮ ਆ ਅਤੇ ਜੇ ਤੈਨੂੰ ਕਾਕਾ ਪੈਸੇ ਨਾ ਦਿੱਤੇ ਤਾਂ ਇਹ ਵੀ ਨਹੀਂ ਠੀਕ ਆ ਜਾ ਪ੍ਰਭਕਿਰਪਾ ਭਾਜੀ ਕੀ ਕਹਿਣਾ ਚਾਹੂੰਗਾ ਜਿਹੜਾ ਦਿਲ ਦੇ ਅੰਦਰ ਮਿਊਜ਼ਿਕ ਜਾਂਦਾ ਮੈਨੂੰ ਲੱਗਦਾ ਉਹ ਇਹ ਗੀਤ ਜਾਂਦੇ ਨੇ ਸੋ ਕੀ ਬੇਟਾ ਆਪਣੀ ਸਾਦਗੀ ਨੂੰ ਵੀ ਜ਼ਰੂਰ ਇੱਦਾਂ ਹੀ ਰੱਖਿਓ ਓਕੇ ਸਰ ਜੀ ਥੈਂਕ ਯੂ ਸੋ ਮਚ ਅਜੇ ਥੈਂਕ ਯੂ ਜਿਤੇਂਦਰ ਇੱਕ ਵਾਰ ਤਾੜੀਆਂ ਜੀ ਮੁੰਡੇ ਲਈ ਸੋ ਦੋਸਤੋ ਇਹਦੇ ਨਾਲ ਹੀ ਵੇਲਾ ਹੋ ਗਿਆ ਇੱਕ ਹੋਰ ਬ੍ਰੇਕ ਦਾ ਅਤੇ ਬ੍ਰੇਕ ਤੋਂ ਉਸ ਪਾਰ ਦੋ ਪਰਫਾਰਮੈਂਸਿਸ ਹਜੇ ਬਾਕੀ ਨੇ ਦੇਖਾਂਗੇ ਕਿ ਉਹ ਕਿੱਦਾਂ ਦਾ ਪਰਫਾਰਮ ਕਰਨਗੇ ਫਿਲਹਾਲ ਲੈਟਸ ਟੇਕ ਅ ਵੈਰੀ ਸ਼ਾਰਟ ਬ੍ਰੇਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਜਿਹਨਾਂ ਦੀ ਘਰ ਵਾਪਸੀ ਆ ਉਹਨਾਂ ਦਾ ਨਾਂ ਹੈ ਵੇਖੋ ਬਾਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਹ ਹੈ ਮਿਊਜ਼ਿਕ ਤੇ ਮਸਤੀ ਦਾ ਸਾਈਨ ਵੌਇਸ ਆਫ ਪੰਜਾਬ ਸੀਜ਼ਨ 9 ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਜੀ ਗੋਦਰੇਜ ਨੰਬਰ 1 ਦੇਵੇ ਨੰਬਰ 1 ਨਿਖਾਰ ਐਂਡ ਕੋਲਗੇਟ ਸਟਰੋਂਗ ਟੀਥ ਬਣਾਵੇ ਦੰਦ ਅੰਦਰੋਂ ਸਟਰੋਂਗ ਪਾਵਰਡ ਬਾਏ ਆਸ਼ਾ ਕਿਰਨ ਫਰਟੀਲਿਟੀ ਵਰਲਡ ਹੁਣ ਮਾਂ ਬਣਨ ਦਾ ਸੁਪਨਾ ਹੋ ਸਕਦਾ ਹੈ ਪੂਰਾ ਅਸੋਸੀਏਟ ਸਪਾਂਸਰਸ ਆਰ ਬ੍ਰੌਡਵੇ ਇਮੀਗ੍ਰੇਸ਼ਨ ਕੈਪੀਟਲ ਹਸਪੀਟਲ ਜਲੰਧਰ ਐਂਡ ਮਹਾਕੋਸ਼ ਰਿਫਾਈਨਡ ਸੋਇਆਬੀਨ ਆਇਲ ਐਂਕਰ ਐਂਡ ਜਜਿਸ ਵਾਰਡਰੋਬ ਬਾਏ ਸਿਜ਼ਲਰਸ ਜੌਨ ਪ੍ਰਾਈਡ ਮਾਹੀ ਡਿਜ਼ਾਈਨ ਸਟੂਡੀਓ ਬਾਏ ਮੁਕੇਸ਼ ਮਹਿਰਾ ਅੰਮ੍ਰਿਤਸਰ ਕਮਲ ਖਾਨਸ ਵਾਰਡਰੋਬ ਬਾਏ ਸੌ ਕਮਾਲ ਸਟਾਈਲ ਪਾਰਟਨਰ ਇਜ਼ ਪੈਂਟਲੋਨਸ ਜਿਊਲਰੀ ਬਾਏ ਰਸ਼ਮੀ ਅਗਰਵਾਲ ਕੰਟੈਸਟੈਂਟਸ ਵਾਰਡਰੋਬ ਬਾਏ ਪੈਂਟਲੋਨਸ ਆਸ਼ੀਰਵਾਦ ਐਂਡ ਲਕਸ਼ਮੀ ਸਟੋਰ ਲੁਧਿਆਣਾ ਸੋ ਦੋਸਤੋ ਵਿਆਹ ਸ਼ਾਦੀ ਦੇ ਗੀਤਾਂ ਦਾ ਮਾਹੌਲ ਇੱਥੇ ਬਹੁਤ ਸੋਹਣਾ ਬਣਿਆ ਹੋਇਆ ਅਤੇ ਵਾਰੀ ਹੁਣ ਕੰਟੈਸਟ ਨੰਬਰ 6 ਦੀ ਅਤੇ ਵਿਆਹ ਸ਼ਾਦੀਆਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਨੇ ਜੀ ਅਤੇ ਰਿਸ਼ਤੇਦਾਰ ਮਿੱਤਰਾਂ ਨਾਲ ਸਜਿਆ ਹੁੰਦਾ ਹੈ ਵਿਹੜਾ ਨੱਚਦੀਆਂ ਨੇ ਭੈਣਾਂ ਅਤੇ ਭਰਜਾਈਆਂ ਅਤੇ ਗਿੱਧੇ ਵਿੱਚ ਦਿੰਦੀਆਂ ਨੇ ਗੇੜੇ ਅਤੇ ਗੇੜਾ ਇਹੀ ਮਾਹੌਲ ਭਰਦਾ ਜੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਗਵਾਹੀ ਹੁਣ ਆ ਰਹੀ ਹੈ ਜੀ ਮਹਿੰਦੀ ਲੱਗਦੀ ਮੁਕੱਦਰਾਂ ਨਾਲ ਇਹ ਗੀਤ ਲੈ ਕੇ ਇਲਾਹੀ ਦੀ ਮਹਿੰਦੀ ਜਿਹੜੀ ਲੱਗ ਕੇ ਨਾ ਲੈਂਦੀ ਫੁੱਲ ਬੂਟੀਆਂ ਦੀ ਮਹਿੰਦੀ ਜਿਹੜੀ ਲੱਗ ਕੇ ਨਾ ਲੈਂਦੀ ਲੱਗੇ ਸਭ ਜਿੰਦੇ ਹੋ ਜਾਵੇ ਲਾਲ ਮਹਿੰਦੀ ਲੱਗਦੀ ਮੁਕੱਦ ਕਦੇ
ਮਲਕੀਤ ਭਾਅ ਜੀ ਆ 6ਵੀਂ ਪਰਫਾਰਮੈਂਸ ਅੱਜ ਦੇ ਇਸ ਮੁਕਾਬਲੇ ਦੀ ਕੀ ਕਹਿਣਾ ਚਾਹੋਗੇ ਜੀ? ਠੀਕ ਹੋ? ਮਾਹੌਲ ਥੋੜਾ ਜਿਹਾ ਸੀਰੀਅਸ ਹੋ ਗਿਆ, ਕਾਫੀ ਗੜਬੜ ਸੀ ਨਾ, ਕੀ ਕਿਹਾ ਜਾ ਸਕਦਾ ਹੁਣ, ਕਿਉਂਕਿ ਇਹੀ ਸਟੇਜ ਹੁਣ ਐਸੀ ਆ ਗਈ ਹੈ, ਥੋੜੀ ਥੋੜੀ ਗਲਤੀ ਨਾਲ ਹੀ ਬੰਦਾ ਇਧਰ ਉਧਰ ਹੋ ਸਕਦਾ। ਮੈਨੂੰ ਇੱਦਾਂ ਲੱਗਦਾ ਕਿ ਥੋੜਾ ਜਿਹਾ ਹੋਰ ਕੋਈ ਗਾਣਾ ਤੁਸੀਂ ਕੋਈ ਚੂਜ਼ ਕਰ ਸਕਦੇ ਸੀ, ਕਿਉਂਕਿ ਇਹਦੇ ਵਿੱਚ ਤੁਹਾਡੇ ਜਿਹੜੇ ਨੋਟਸ ਨੇ, ਤੁਹਾਡਾ ਹਾਈ ਨੋਟਸ ਨਹੀਂ ਸੀ ਪ੍ਰੋਪਰ ਲੱਗ ਰਹੇ। ਮੈਨੂੰ ਲੱਗਦਾ ਤੁਸੀਂ ਗਾਣੇ ਨਾਲ ਕਨੈਕਟ ਆਪ ਹੀ ਨਹੀਂ ਹੋ ਪਾਏ, ਜਿੱਥੇ ਤੱਕ ਮੈਨੂੰ ਜੋ ਵਾਈਬਸ ਆ ਰਹੀਆਂ ਸੀ, ਜਿੱਥੇ ਲੋਅਰ ਨੋਟ ਸੀ ਉੱਥੇ ਚੜ੍ਹਦਾ ਸੀ, ਜਿੱਥੇ ਹਾਇਰ ਨੋਟ ਸੀ ਉੱਥੇ ਘੱਟ ਲੱਗਦਾ ਸੀ। ਇਹ ਛੋਟੀ ਛੋਟੀਆਂ ਚੀਜ਼ਾਂ ਨੇ, ਇਹਨਾਂ 'ਤੇ ਆਪਾਂ ਕੰਮ ਕਰਾਂਗੇ ਤਾਂ ਵਧੀਆ ਰਹਾਂਗੇ। ਆਲ ਦਾ ਬੈਸਟ ਪ੍ਰਭਾ ਜੀ। ਜੋ ਸਚਿਨ ਭਾਅ ਜੀ ਨੇ ਕਿਹਾ ਉਹ ਬਿਲਕੁਲ ਸਹੀ, ਮੈਂ ਵੀ ਉਹੀ ਸੇਮ ਫੀਲ ਕੀਤਾ। ਹੁਣ ਤੁਹਾਨੂੰ ਬਹੁਤ ਸੀਰੀਅਸਲੀ ਵਰਕ ਕਰਨਾ ਪਊਗਾ ਆਪਣੇ ਆਪ 'ਤੇ, ਹੈ ਨਾ? ਗੁੱਡ ਲੱਕ। ਥੈਂਕ ਯੂ। Thank you, judges. Thank you, Ilahi. Thank you. ਦੋਸਤੋ, ਵਿਆਹ ਸ਼ਾਦੀ ਦੇ ਗੀਤਾਂ ਵਾਲੇ ਇਸ ਮੁਕਾਬਲੇ 'ਚ ਹੁਣ ਵਾਰੀ ਆ ਜੀ ਆਖਰੀ ਕੰਟੈਸਟੈਂਟ ਦੀ। ਛੋਟੇ ਨੂੰ ਇਹ ਕੀ ਹੈ ਭਾਅ ਜੀ, ਕੀ ਕਦੇ ਕੋਈ ਲਾੜਾ ਆ ਜਾਂਦਾ, ਕਦੇ ਜੀਜਾ ਆ ਜਾਂਦਾ, ਹੁਣ ਬੈਂਡ ਵਾਲਾ? ਮਹਾਰਾਜ ਨਹੀਂ ਪਸੰਦ ਆ, ਦੂਜੀ ਲਾਉਂਦੇ ਹਾਂ। ਪਸੰਦ ਹੈ, ਲਿਆਓ ਬੇਲ ਕਰਾਓ। ਬੇਲ ਦਾ ਲੱਗਦਾ, ਮੈਨੂੰ ਇੱਕ ਗੱਲ ਦੱਸ, ਤੂੰ ਆ ਬਾਜਾ ਕਾ ਤੂੰ ਹੱਥ ਵਿੱਚ ਫੜਿਆ, ਜੇ ਮੂੰਹ ਨਾਲ ਵਜਾਉਣਾ ਸੀ। ਇਟਸ ਮਾਈ ਸਟਾਈਲ ਮਹਾਰਾਜ ਵੰਡੇ ਵਾ, ਕੀ ਹਾਲ ਚਾਲ? ਮਿਰਗੀ ਪੈਂਦੀ ਹੈ। ਅੱਛਾ, ਪਰ ਮਿੰਟੇ ਪਾ, ਮੈਨੂੰ ਇੱਕ ਬੰਦੇ ਤੇ ਬੜਾ ਗੁੱਸਾ। ਮੈਂ ਭਾਜੀ ਨਵਾਂ ਨਵਾਂ ਆਇਆ, ਛਿਆਣੇ ਵਜਾਣੇ ਸਿੱਖੇ ਮੈਂ, ਠੀਕ ਹੈ? ਮੈਂ ਛਿਆਣੇ ਵਜਾਣ ਨਾ ਮਿੰਟੇ ਪਾ ਦੇ ਵਿਆਹ 'ਚ, ਉਹ ਛਿਆਣੇ ਖੁੱਲ ਕੇ ਦਹੀਂ ਪਾ ਗਿਆ ਵਿੱਚ, ਕਹਿੰਦਾ ਲੱਸੀ ਬਣਾ ਦੇ। ਭਾਈ ਸਾਹਿਬ ਮੈਨੂੰ ਪਤਾ 20 ਕਿਲੋ ਦਹੀਂ ਦੀ ਕਿੱਦਾਂ ਲੱਸੀ ਬਣਾਈ ਮੈਂ। ਪਰ ਮਲਕੀਤ ਭਾਜੀ, ਲਵ ਯੂ ਯਾਰ, ਇਹਨਾਂ ਦੇ ਵਿਆਹ 'ਚ ਬੜਾ ਮਜ਼ਾ ਆਇਆ ਸਾਨੂੰ, ਤਾੜੀਆਂ ਮਾਰ ਦੇ ਇੱਕ ਵਾਰੀ। ਅੱਛਾ, ਆਈ ਲਵ ਯੂ ਟੂ। ਅੱਧੀ ਬਰਾਤ ਦੀ ਤਾਂ ਰੋਟੀ ਤੂੰ ਹੀ ਖਾ ਗਿਆ ਸੀ ਉਦੋਂ, ਦੇਖਿਆ ਯਾਦ ਆ ਭਾਜੀ ਯਾਰ। ਪਰ ਭਾਜੀ ਮੇਰੀ ਗੱਲ ਸੁਣੋ, ਮੈਂ ਲਿਆਜ ਕੋਈ ਨਹੀਂ ਜੇ ਕਰਨਾ, ਆਪਾਂ ਸੱਚੀਆਂ ਗੱਲਾਂ ਦੱਸਣੀਆਂ। ਸ਼ੋਅ ਦੇ ਡਾਇਰੈਕਟਰ ਸਾਹਿਬ ਨੇ ਸਭ ਤੋਂ ਜ਼ਿਆਦਾ ਤੰਗ ਹੋਇਆ ਮੈਂ ਉਹਨਾਂ ਦੇ ਵਿਆਹ 'ਚ। ਗੱਲ ਹੋ ਗਈ ਭਾਜੀ, 10 ਵਾਰੀ ਬਰਾਤ ਗੇਟ ਤੋਂ ਬਾਹਰ ਆਈ, 10 ਵਾਰੀ ਅੰਦਰ ਗਈ ਹੈ। ਕਿਉਂ? ਕਿਉਂਕਿ ਬਰਾਤ ਬਾਹਰ ਆਉਂਦੀ ਸੀ ਉਹ ਕਹਿੰਦੇ ਆ ਕੱਟ ਨਹੀਂ ਯਾਰ, ਸਹੀ ਛੋੜਨੀ ਆ ਦੁਬਾਰਾ ਚਲੋ। ਉਹ ਯਾਰ ਪਾਟੇ ਜੋ ਮਰਜ਼ੀ ਆ, ਆਪਾਂ ਗੁੱਸਾ ਕਿਸੇ ਨਾਲ ਨਹੀਂ ਕਰੀਦਾ, ਪਰ ਇੱਕ ਬੰਦੇ ਨਾਲ ਸਾਨੂੰ ਗੁੱਸਾ ਬੜਾ। ਕੌਣ? ਸਚਿਨ ਭਾਜੀ ਨਾਲ। ਅੱਛਾ, ਇਹਨਾਂ ਦੇ ਵਿਆਹ 'ਚ ਵੀ ਤੂੰ ਵਜਾਇਆ ਵਾਜਾ? ਨਹੀਂ, ਇਹਨਾਂ ਨੇ ਸਾਨੂੰ ਸੱਦਿਆ ਹੀ ਨਹੀਂ, ਇਸੇ ਗੱਲ ਤੇਰਾ ਗੁੱਸਾ। ਮੈਂ ਵਜਾਉਣਾ ਤੇਰਾ ਵਾਜਾ। ਭਾਜੀ ਕਿਹੜਾ ਵਜਾਉਂਗੇ, ਛੋਟਾ ਕਿ ਵੱਡਾ? ਮੈਂ ਉੱਥੇ ਆ ਕੇ ਵਜਾਉਣਾ ਮਹਾਰਾਜ। ਮੈਂ ਉਹ ਮੇਰੀ ਗੱਲ ਸੁਣੋ ਮਹਾਰਾਜ, ਹੈਲੋ ਮੇਰੀ ਗੱਲ ਸੁਣੋ, ਉਹ ਇੱਕ ਮਿੰਟ ਮੇਰੀ ਗੱਲ ਸੁਣੋ ਮਹਾਰਾਜ, ਉਹ ਹੈਲੋ ਗੁੱਸਾ ਕਰਕੇ ਤੁਸੀਂ ਤੇ ਭਾਜੀ, ਮੈਂ ਬਾਜੇ ਵਾਲਾ ਆਈ ਨਹੀਂ, ਮੈਂ ਤਾਂ ਵੈਸੇ ਹੀ ਨੰਗਾ ਨੰਗਾ ਹਾਲ ਚਾਲ ਪੁੱਛ ਲਈ, ਮੈਂ ਪਛਾਣ ਗਿਆ ਤੂੰ ਭਾਜੀ। ਮੈਨੂੰ ਬਾਜਾ ਨਹੀਂ ਵਜਾਉਣਾ, ਮੈਨੂੰ ਪਿੰਡ 'ਚ ਸਾਰੇ ਬਾਜਾ ਬਾਜਾ ਕਹਿੰਦੇ ਆ, ਕਮਾਲ ਕਰਨ ਦੇ ਯਾਰ ਤੁਸੀਂ।
यार हद हो गई दसो माफी दे दोस्तों ਵਿਆਹ ਸ਼ਾਦੀ ਦੇ ਗੀਤਾਂ ਦਾ ਬਹੁਤ ਹੀ ਜ਼ਬਰਦਸਤ ਹੈ ਇੱਥੇ ਮਾਹੌਲ ਚੱਲ ਰਿਹਾ ਜੀ ਤੇ ਵਾਰੀ ਹੁਣ ਆਖਰੀ ਕੰਟੈਸਟੈਂਟ ਦੀ ਹੈਗੀ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਵਿਆਹ ਦੇ ਵਿੱਚ ਦੋ ਜਣਿਆਂ ਨੂੰ ਖੁਸ਼ ਰੱਖਣਾ ਬਹੁਤ ਜ਼ਰੂਰੀ ਆ ਜੀ ਜੀਜਾ ਤੇ ਫੁੱਫੜ ਤੇ ਮੈਂ ਕਿਹਾ ਜੀ ਜੇ ਰੁੱਸ ਜਾਣ ਤਾਂ ਸਮਝੋ ਆਫਤ ਆ ਜਾਂਦੀ ਹੈ ਫਿਰ ਸਾਰੇ ਟੱਬਰ ਨੂੰ ਭੱਜਣ ਦੇ ਲਈ ਮਿਲਦੀ ਨਹੀਂ ਕੋਈ ਥਾਂ ਹੁਣ ਆ ਰਹੀ ਹੈ ਰੀਨਾ ਨਾਫਰੀ ਗੀਤ ਲੈ ਕੇ ਅੱਜ ਦੀ ਦਿਹਾੜੀ ਰੱਖ ਡੋਲੀ ਨੂੰ ਮਾਂ ਐਪੀਸੋਡ ਦੀ ਲਾਸਟ ਪਰਫੋਰਮੈਂਸ ਅਤੇ ਪ੍ਰਭਜੋਤ ਭਾਅ ਜੀ ਕੀ ਕਹਿਣਾ ਚਾਹੋਗੇ ਜੀ ਬਹੁਤ ਕਮਾਲ ਬਹੁਤ ਫੀਲ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਇੱਦਾਂ ਦਾ ਮਿਊਜ਼ਿਕ ਭਾਅ ਜੀ ਸੁਣ ਰਹੇ ਹਾਂ ਸੋ ਤੁਸੀਂ ਬਹੁਤ ਅੱਛਾ ਗਾਇਆ ਜੀ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਗੁੱਡ ਲੱਕ ਤੁਹਾਡੇ ਫਿਊਚਰ ਲਈ ਥੈਂਕ ਯੂ ਸਚਿਨ ਭਾਅ ਜੀ ਵੈਲ ਡਨ ਰੀਨਾ ਥੈਂਕ ਯੂ ਬਹੁਤ ਸੋਹਣਾ ਸੀ ਬਹੁਤ ਰੂਹ ਵਾਲਾ ਸੀ ਔਰ ਜੋ ਇਹ ਗਾਣਾ ਕਹਿ ਰਿਹਾ ਤੁਸੀਂ ਉਹ ਕਨਵੇ ਕਰ ਰਹੇ ਸੀ ਬਹੁਤ ਅੱਛੇ ਤਰੀਕੇ ਨਾਲ ਤੁਹਾਡੇ ਗਾਣੇ ਦੇ ਵਿੱਚ ਇੱਕ ਧੀ ਦਾ ਦਰਦ ਇੱਕ ਭੈਣ ਦਾ ਦਰਦ ਜੋ ਡੋਲੀ ਟਾਈਮ ਉਹਦੀਆਂ ਉਹ ਕਹਿ ਨਹੀਂ ਸਕਦੀ ਪਰ ਉਹਦੀਆਂ ਫੀਲਿੰਗਸ ਇੱਦਾਂ ਦੀਆਂ ਹੁੰਦੀਆਂ ਉਹ ਡਿਟੋ ਉਹ ਫੀਲ ਆ ਰਿਹਾ ਸੀ ਗਾਣੇ ਦੇ ਵਿੱਚ ਹਰ ਧੀ ਦੇ ਮਾਂ ਬਾਪ ਦੀ ਇੱਕ ਬਹੁਤ ਹੀ ਖੁਸ਼ੀ ਦੀ ਉਦੋਂ ਘੜੀ ਹੁੰਦੀ ਹੈ ਜਦੋਂ ਡੋਲੀ ਤੁਰਦੀ ਹੈ ਔਰ ਇੱਥੇ ਧੀਆਂ ਲਈ ਸਾਰੀਆਂ ਭੈਣਾਂ ਲਈ ਸਾਰੀਆਂ ਮਾਵਾਂ ਲਈ ਇੱਕ ਤਾੜੀ ਬਣਦੀ ਹੈ
ਮੇਰੇ ਵੱਲੋਂ ਤੂੰ ਗਾਇਆ ਵੀ ਬਹੁਤ ਸੋਹਣਾ ਅਤੇ ਇੱਕ ਵਾਰੀ ਫਿਰ ਧੀਆਂ ਲਈ ਜੀ ਕਿਰਪਾ ਇੱਕ ਜ਼ੋਰਦਾਰ ਤਾੜੀ ਥੈਂਕ ਯੂ ਥੈਂਕ ਯੂ ਸੋ ਮਚ ਭਾਅ ਜੀ ਥੈਂਕ ਯੂ ਥੈਂਕ ਯੂ ਅਰੀਨਾ ਨਾਫੀ ਇੱਕ ਵਾਰ ਜ਼ੋਰਦਾਰ ਤਾੜੀਆਂ ਜੀ ਕੁੜੀ ਨੇ ਸੋ ਦੋਸਤੋ ਅੱਜ ਦੇ ਮੁਕਾਬਲੇ ਦੀਆਂ ਸਾਰੀਆਂ ਪਰਫੋਰਮੈਂਸਿਸ ਆਪਾਂ ਵੇਖ ਚੁੱਕੇ ਹਾਂ ਅਤੇ ਇਹ ਤੋਂ ਪਹਿਲਾਂ ਕਿ ਜੱਜਿਸ ਤੋਂ ਹੁਣ ਰਿਜ਼ਲਟ ਜਾਣੀ ਹੈ ਥੈਂਕਸ ਕਰਨਾ ਚਾਹਵਾਂਗੇ ਸਾਡੇ ਗੈਸਟ ਮੀਤ ਕੌਰ ਜੀ ਦਾ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਜਾਣ ਥੈਂਕ ਯੂ ਸੋ ਮਚ ਫੋਰ ਬੀਂਗ ਅ ਪਾਰਟ ਆਫ ਆਰ ਸ਼ੋਅ ਕਿੱਦਾਂ ਦਾ ਲੱਗਿਆ ਸਾਡਾ ਬਹੁਤ ਵਧੀਆ ਲੱਗਾ ਸਾਰਿਆਂ ਨੇ ਬਹੁਤ ਸੋਹਣਾ ਗਾਇਆ ਸਪੈਸ਼ਲੀ ਜਦੋਂ ਹੁਣ ਲਾਸਟ ਪਰਫੋਰਮੈਂਸ ਹੋਈ ਅਰੀਨਾ ਦੀ ਬਹੁਤ ਵਧੀਆ ਲੱਗਾ ਥੈਂਕ ਯੂ ਸੋ ਮਚ ਫੋਰ ਬੀਂਗ ਦ ਪਾਰਟ ਆਫ ਆਰ ਸ਼ੋਅ ਜੀ ਥੈਂਕ ਯੂ ਸੋ ਮਚ ਟੂ ਪੀ ਟੀ ਸੀ ਪੰਜਾਬੀ ਆਲਵੇਜ਼ ਮੈਂ ਸ਼ੁਕਰਗੁਜ਼ਾਰ ਹਾਂ ਕਿ ਇੰਨਾ ਪਿਆਰ ਦਿੰਦੇ ਨੇ ਹਮੇਸ਼ਾ ਹੀ ਇਹਦੇ ਨਾਲ ਹੀ ਅਸੀਂ ਥੈਂਕਸ ਕਰਨਾ ਚਾਹਾਂਗੇ ਸਾਡੇ ਸੈਲੀਬ੍ਰਿਟੀ ਗੈਸਟ ਪ੍ਰਭ ਗਿੱਲ ਵੀਰੇ ਦਾ ਭਾਅ ਜੀ ਥੈਂਕ ਯੂ ਵੈਰੀ ਮੱਚ ਫੋਰ ਕਮਿੰਗ ਹੇਅਰ ਅਤੇ ਸ਼ੁਰੂ ਤੋਂ ਹੀ ਅੱਜ ਤੁਸੀਂ ਮਾਹੌਲ ਬੰਨ ਕੇ ਰੱਖਿਆ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਪਾਈ ਲਈ ਥੈਂਕ ਯੂ ਬਹੁਤ ਬਹੁਤ ਗੁਰਜੀਤ ਬਹੁਤ ਬਹੁਤ ਥੈਂਕ ਯੂ ਸਾਰੇ ਵੱਡੇ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਬਾਈ ਪੁਰਾਣੀਆਂ ਯਾਦਾਂ ਤਾਜ਼ੀਆਂ ਹੁੰਦੀਆਂ ਨੇ ਬਿਲਕੁਲ ਔਰ ਮੈਂ ਜਾਣ ਨਹੀਂ ਦੇਣਾ ਜੇ ਜੀਣ ਦੀ ਗੱਲ ਨਾ ਸੁਣਾਇਆ ਨਾ ਮੈਂ ਜਾਣ ਹੀ ਨਹੀਂ ਦੇਣਾ ਬਿਲਕੁਲ ਭਾਈ ਬਣਦਾ ਸੀਗਾ ਜੀ ਉਹ ਮਤਲਬ ਮੇਰਾ ਆਲ ਟਾਈਮ ਫੇਵਰੇਟ ਗਾਣਾ ਇਹਨਾਂ ਦੂਰੀਆਂ ਨੇ ਮਜਬੂਰੀਆਂ ਨੇ ਇਹਨਾਂ ਦੂਰੀਆਂ ਨੇ ਮਜਬੂਰੀਆਂ ਨੇ ਖੋਇਆ ਦਿਲ ਭਰ ਮੇਰਾ ਕਿਤੋਂ ਆ ਵੀ ਜਾਵੇ ਫੇਰ ਆਪਾਂ ਵੀ ਜਾਵੇ ਨਹੀਂ ਉਹ ਲੱਗਦਾ ਦਿਲ ਮੇਰਾ ਤੇਰੇ ਬਿਨਾ ਜੀਣ ਦੀ ਗੱਲ ਬੜੀ ਔਖੀ ਲੱਗਦੀ ਖਾਰੇ ਹੰਝੂ ਪੀਣ ਦੀ ਗੱਲ ਬੜੀ ਔਖੀ ਲੱਗਦੀ ਇਹ ਦੂਰੀਆਂ ਮਿਟਾ ਦੇ ਸੋਹਣਿਆ ਵੇ ਆ ਜਾ ਛੇਤੀ ਆਵੇ ਸੋਹਣਿਆ ਤੇਰੇ ਬਿਨਾ ਜੀਣ ਦੀ ਗੱਲ ਬੜੀ ਔਖੀ ਲੱਗਦੀ ਥੈਂਕ ਯੂ ਸੋ ਮਚ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ ਭਾਅ ਜੀ ਐਂਡ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰੀਆਂ ਦੁਆਵਾਂ ਦੱਬ ਕੇ ਮਿਹਨਤ ਕਰਦੇ ਰਹੋ ਖਿੱਚ ਕੇ ਰੱਖੋ ਕੰਮ ਨੂੰ ਥੈਂਕ ਯੂ ਸੋ ਮਚ ਗੁੱਡ ਲੱਕ ਵੀ ਆਲ ਲਵ ਯੂ ਭਾਅ ਜੀ ਥੈਂਕ ਯੂ ਸੋ ਮਚ ਥੈਂਕ ਯੂ ਸਰ ਤੇਰੇ ਬਿਨਾਂ ਜੀਣ ਦੀ ਗੱਲ ਬੜੀ ਔਖੀ ਤੇ ਆਓ ਜੀ ਇਹਦੇ ਨਾਲ ਹੀ ਆਪਾਂ ਹੁਣ ਦੇਖਦੇ ਹਾਂ ਕੋਲਗੇਟ ਮੂਮੈਂਟ ਆਫ ਦ ਡੇ ਖੁਸ਼ੀਆਂ ਦੀ ਕੜੀ ਤਾਂ ਆਪਾਂ ਵੇਖ ਲਈਆ ਕਿ ਕਿੱਡਾ ਸੋਹਣਾ ਸਾਰੇ ਕੰਟੈਸਟੈਂਟਸ ਨੇ ਗਾਇਆ ਪਰ ਥੋੜ੍ਹਾ ਜਿਹਾ ਹੁਣ ਐਲੀਮੀਨੇਸ਼ਨ ਦਾ ਵੀ ਜਾਣਨਾ ਜ਼ਰੂਰੀ ਹੈ ਕਿਉਂਕਿ ਰਿਜ਼ਲਟ ਦੇ ਮੁਤਾਬਿਕ ਇਹ ਪਤਾ ਲੱਗੇਗਾ ਕਿ ਕੌਣ ਇੱਥੇ ਰਹੇਗਾ ਅਤੇ ਕਿਹਦੀ ਘਰ ਵਾਪਸੀ ਹੋਏਗੀ ਰਿਕੁਐਸਟ ਕਰਾਂਗਾ ਸਾਰੇ ਕੰਟੈਸਟੈਂਟਸ ਨੂੰ ਕਿ ਪਲੀਜ਼ ਮੰਚ 'ਤੇ ਆ ਜਾਓ ਸੋ ਜਜਿਸ ਸੈਮੀਫਾਈਨਲਸ ਦਾ ਸੈਕਿੰਡ ਐਪੀਸੋਡ ਸੀਗਾ ਅੱਜ ਸੱਤ ਕੰਟੈਸਟੈਂਟ ਤੁਹਾਡੇ ਸਾਹਮਣੇ ਨੇ ਜੀ ਰਿਜ਼ਲਟ ਦੱਸੋ ਜੀ ਹੁਣ ਕੀ ਹੈ ਫਿਰ ਬਹੁਤ ਹੀ ਨਾਜ਼ੁਕ ਮੋੜ ਆ ਗਿਆ ਹੁਣ ਜਿਨ੍ਹਾਂ ਦੀ ਘਰ ਵਾਪਸੀ ਹੈ ਉਹ ਪ੍ਰੋਮਿਸ ਕਰਕੇ ਜਾਵੇ ਕਿ ਉਹ ਬਹੁਤ ਮਿਹਨਤ ਕਰਨਗੇ ਔਰ ਦਿਲ ਛੋਟਾ ਨਹੀਂ ਕਰਨਗੇ ਕਿਉਂਕਿ ਆਹ ਨਾਜ਼ੁਕ ਦੌਰ ਹੈ ਔਰ ਅੱਜ ਜਿਨ੍ਹਾਂ ਦੀ ਘਰ ਵਾਪਸੀ ਆ ਉਹਨਾਂ ਦਾ ਨਾਂ ਹੈ ਇਲਾਹੀ ਸੋ ਇਲਾਹੀ ਤੁਹਾਨੂੰ ਇਹ ਮਨ ਛੱਡ ਕੇ ਜਾਣਾ ਪੈਣਾ ਜੀ ਹੁਣ ਐਂਡ ਵਿਸ਼ ਯੂ ਆਲ ਦ ਲੱਕ ਜਿੱਦਾਂ ਕਿ ਮਲਕੀਤ ਭਾਅ ਜੀ ਨੇ ਕਿਹਾ ਕਿ ਮਿਹਨਤ ਦਾ ਪੱਲਾ ਨਹੀਂ ਛੱਡਣਾ ਜ਼ੋਰਦਾਰ ਤਾੜੀਆਂ ਜੀ ਕੁੜੀ ਲਈ ਅੱਜ ਦੀ ਮੇਰੀ ਪਰਫੋਰਮੈਂਸ ਇੰਨੀ ਵਧੀਆ ਨਹੀਂ ਰਹੀ ਜਿਸ ਦੀ ਵਜ੍ਹਾ ਤੋਂ ਮੇਰੀ ਐਲੀਮੀਨੇਸ਼ਨ ਹੋ ਗਈ ਤੁਹਾਡੇ ਜਿਹੜੇ ਨੋਟਸ ਨੇ ਤੁਹਾਡਾ ਹਾਈ ਨੋਟਸ ਨਹੀਂ ਸੀ ਪ੍ਰੋਪਰ ਲੱਗ ਰਹੇ ਪੈੜੀ ਰੋਈ ਦੇ ਕੀ ਕਰ ਤੂੰ ਇੱਥੇ ਤੱਕ ਦਾ ਸਫ਼ਰ ਤਾਂ ਬਹੁਤ ਵਧੀਆ ਸੀ ਸੱਚੀ ਇਲਾਹੀ ਨਾਮ ਬਹੁਤ ਪਿਆਰਾ ਹੈ ਤੁਹਾਡਾ ਥੈਂਕ ਯੂ ਮੈਮ ਓਨੇ ਹੀ ਪਿਆਰੇ ਤੁਸੀਂ ਹੋ ਜਿਹੜੀ ਸਟੇਜ 'ਤੇ ਖੜ੍ਹੇ ਹਾਂ
उस हिसाब नाल बहुत सिंपल तुसी गाना चूज कीता। मैं बहुत ही थैंकफुल हाँ पीटीसी दी एंड सारे टीम मैंबर्स दी जिन्होंने मैनू इन्ना सपोर्ट किया ते सैमीफाइनल्स विच एक मुकाम हासिल करन दा मौका मिलिया। सो दोस्तों ये ने जी ओ छे कंटेस्टेंट जिहड़े सैमीफाइनल्स दे अगले मुकाबले भी जा रहे ने, एक बार जोरदार ताड़ियां अपने लिए हो जाण। एंड जजेस थैंक यू सो मच वंस अगेन फॉर योर फेयर जजमेंट, एक बार जजेस लई भी ताड़ियां खुल के हो जाण। तो सैमीफाइनल्स के अगले मुकाबले में की कुछ होएगा आप थानू उदों ही दसांगे, फिलहाल देखते रहो जी पीटीसी पंजाबी, दिओ सानू इजाजत ते कहंदे रहो ए है म्यूजिक ते मस्ती दा साइन वॉइस ऑफ पंजाब सीजन 9।